ਖਬਰਸਾਰ ਪ੍ਰੋਗਰਾਮ ਵਿੱਚ ਅੱਜ ਦੀ ਚਰਚਾ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਅੱਜ ਅਸੀਂ ਕਾਫੀ ਅਹਿਮ ਮੁੱਦੇ ਉੱਤੇ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ। ਸਾਡੀ ਗੱਲਬਾਤ ਰਹੇਗੀ ਹਾਲ ਵਿੱਚ ਹੀ ਡੈਨਮਾਰਕ ਦੀ ਕੋਪਨਹੈਗਨ ਸਿਟੀ ਅਦਾਲਤ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਲਾਇਆ ਗਿਆ ਫਾਈਨ ਜਾਂ ਉਸ ਨੂੰ ਜਿਹੜੀ ਜੇਲ੍ਹ ਦੀ ਸਜ਼ਾ ਹੈਗੀ ਉਹਦਾ ਸੁਣਾਇਆ ਜਾਣਾ ਕਾਫੀ ਅਹਿਮ ਮੁੱਦਾ ਹੈ, ਕਿਉਂਕਿ ਇਸ ਅੰਮ੍ਰਿਤਧਾਰੀ ਯੁਵਕ ਦੀ ਸਿਰਫ ਇਹੀ ਗਲਤੀ ਸੀ ਕਿ ਇਸਨੇ ਆਪਣੇ ਕੋਲ ਕਿਰਪਾਨ ਰੱਖੀ। ਕੀ ਵਾਕਈ ਗਲਤੀ ਸੀ? ਕਿਉਂਕਿ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਨੂੰ ਮੰਨਿਆ ਗਿਆ ਤੇ ਕਾਫੀ ਅਹਿਮ ਕਕਾਰ ਹੈ ਜੋ ਸਿੱਖਾਂ ਨੂੰ ਧਾਰਨ ਕਰਨਾ ਪੈਂਦਾ, ਅੰਮ੍ਰਿਤ ਸਿੱਖਾਂ ਨੂੰ ਧਾਰਨ ਕਰਨਾ ਪੈਂਦਾ। ਇਹ ਪੂਰਾ ਮੁੱਦਾ ਕੀ ਹੈ, ਇਸ ਦੀ ਕੀ ਇੰਪਲੀਕੇਸ਼ਨਸ ਹੈਗੀਆਂ ਨੇ, ਕੀ ਲੀਗਲ ਇੰਪਲੀਕੇਸ਼ਨਸ ਹੈਗੀਆਂ ਨੇ, ਉਸ ਉੱਤੇ ਗੱਲਬਾਤ ਕਰਾਂਗੇ ਅੱਜ ਸਾਡੇ ਪੈਨਲ ਵਿੱਚ। ਕਈ ਲੋਕ ਮੌਜੂਦ ਹੈਗੇ ਨੇ ਜਿਨ੍ਹਾਂ ਚੋਂ ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੇ। ਸ਼੍ਰੀ ਗੁਰਚਰਨ ਸਿੰਘ ਲਾਂਬਾ ਜੀ ਨਾਲ, ਜੋ ਕਿ ਐਡੀਟਰ ਹੈਗੇ ਨੇ ਸੰਤ ਸਿਪਾਹੀ ਨੇ, ਤੇ ਇੰਸੀਡੈਂਟਲੀ ਇਹ ਪਿਤਾ ਵੀ ਹੈਗੇ ਨੇ ਰਿਪੂ ਦਮਨ ਸਿੰਘ, ਉਹ ਯੁਵਕ ਜਿਸ ਨੂੰ ਕਿ ਡੈਨਮਾਰਕ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਇਹਨਾਂ ਦੇ ਨਾਲ ਡਾਕਟਰ ਐਮ ਐਸ ਰਾਹੀ ਸਾਹਿਬ ਬੈਠੇ ਨੇ ਜੋ ਕਿ ਚੇਅਰਮੈਨ ਹੈਗੇ ਨੇ ਸਿੰਘ ਲੀਗਲ ਫਾਊਂਡੇਸ਼ਨ ਦੇ ਤੇ ਕਾਫੀ ਰਿਨਾਊਂਡ ਵਕੀਲ ਹੈਗੇ ਨੇ। ਐਸਪੀ ਸਿੰਘ ਜੀ ਚੀਫ ਆਫ ਬਿਊਰੋ ਟਾਈਮਸ ਆਫ ਇੰਡੀਆ ਸਾਡੇ ਨਾਲ ਅੱਜ ਹੈਗੇ ਨੇ। ਇਸ ਪੂਰੇ ਮਸਲੇ ਉੱਤੇ ਕਾਫੀ ਸਮੇਂ ਤੋਂ ਇਹਨਾਂ ਨੇ ਇਸ ਕੇਸ ਦੀ ਵੀ ਵਾਈਡ ਕਵਰੇਜ ਕੀਤੀ ਤੇ ਇਸ ਦੇ ਨਾਲ ਹੋਰ ਜਿਹੜੇ ਸੀ ਕੁਝ ਇਸ਼ੂਜ਼ ਨੇ ਉਹਨਾਂ ਤੇ ਕਾਫੀ ਲਿਖਦੇ ਰਹਿੰਦੇ ਨੇ। ਲਾਂਬਾ ਸਾਹਿਬ, ਪਹਿਲਾਂ ਤਾਂ ਸੰਖੇਪ ਵਿੱਚ ਮੈਂ ਜਾਣਨਾ ਚਾਹਾਂਗਾ ਪੂਰਾ ਮੁੱਦਾ ਕੀ ਸੀ, ਰਿਪੂ ਦਮਨ ਸਿੰਘ ਨੂੰ ਇਹ ਸਜ਼ਾ ਕਿਉਂ ਸੁਣਾਈ ਗਈ, ਬੇਸਿਕ ਅਦਾਲਤ ਨੇ ਕੀ ਕਿਹਾ, ਕੀ ਉਹਨਾਂ ਦਾ ਕਸੂਰ ਸੀਗਾ? ਜੀ, 24 ਮਈ 2004 ਨੂੰ ਪਿਛਲੇ ਸਾਲ ਵਿੱਚ ਜਦੋਂ ਰਿਪੂ ਦਮਨ ਸਿੰਘ ਕਿਸੇ ਇੱਕ ਐਮਬੈਸੀ ਦੇ ਵਿੱਚ ਵੀਜ਼ੇ ਲਈ ਗਏ ਤਾਂ ਜੋ ਉੱਥੇ ਦੇ ਨਿਯਮ ਸਨ ਉਹਨਾਂ ਨੇ ਸਿਕਿਉਰਿਟੀ ਅਥਾਰਟੀਜ਼ ਨੂੰ ਆਪਣੀ ਕਿਰਪਾਨ ਔਰ ਆਪਣਾ ਮੋਬਾਈਲ ਉੱਥੇ ਹੈਂਡਓਵਰ ਕਰਤਾ, ਜਿਹੜਾ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਵਾਪਸ ਆਓਗੇ ਤੁਹਾਨੂੰ ਮਿਲ ਜਾਏਗਾ। ਇਹ ਜਦੋਂ ਵਾਪਸ ਆਏ ਤਾਂ ਉੱਥੇ ਪੁਲਿਸ ਇੰਤਜ਼ਾਰ ਕਰ ਰਹੀ ਸੀ, ਡੈਨਿਸ਼ ਪੁਲਿਸ, ਔਰ ਉਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਕਿ ਇਹ ਜੋ ਕਿਰਪਾਨ ਹੈ ਤੁਹਾਡੀ ਇਲੀਗਲ ਵੈਪਨ ਹੈ, ਇਲੀਗਲ ਹਥਿਆਰ ਹੈ, ਸੋ ਤੁਸੀਂ ਇੱਕ ਲਿਖ ਕੇ ਦੇ ਦਿਓ ਕਿ ਅਸੀਂ ਆਪਣਾ ਮੈਂ ਆਪਣਾ ਕਸੂਰ ਮੰਨਦਾ ਹਾਂ ਕਿ ਮੈਂ ਇੱਕ ਇਲੀਗਲ ਹਥਿਆਰ ਕੈਰੀ ਕਰ ਰਿਹਾ ਸੀ, ਨਹੀਂ ਤਾਂ ਫਿਰ ਤੁਹਾਡਾ ਚਲਾਨ ਕੀਤਾ ਜਾਏਗਾ। ਤਾਂ ਇਸ ਨੇ ਇਨਕਾਰ ਕੀਤਾ ਕਿ ਨਾ ਤਾਂ ਇਹ ਹਥਿਆਰ ਹੈ ਤੇ ਨਾ ਹੀ ਇਲੀਗਲ ਹੈ, ਇਹ ਮੇਰਾ ਇੱਕ ਧਾਰਮਿਕ ਚਿੰਨ੍ਹ ਹੈ ਔਰ ਮੈਨੂੰ ਰੱਖਣ ਦਾ ਅਧਿਕਾਰ ਹੈ। ਤਾਂ ਫਿਰ ਉਸ ਦੇ ਬਾਅਦ ਉਹਨਾਂ ਨੇ ਉਸ ਤੇ ਕੇਸ ਅਦਾਲਤ ਵਿੱਚ ਭੇਜ ਦਿੱਤਾ। ਇੱਕ ਸਾਲ ਦੇ ਤਕਰੀਬਨ ਵਕਫੇ ਤੇ ਕਾਫੀ ਲੰਬੀ ਬਹਿਸ ਦੇ ਬਾਅਦ ਉਸ ਦੀ ਕਿਰਪਾਨ ਜੋ ਫੋਰੈਂਸਿਕ ਲੈਬੋਰਟਰੀ ਵਿੱਚ ਵੀ ਭੇਜੀ ਗਈ, ਔਰ ਮੁੱਦਾ ਸਿਰਫ ਇਹ ਸੀ ਕਿ ਕੀ ਇਹ ਨਾਈਫ ਹੈ ਕਿ ਨਹੀਂ ਹੈ, ਕਿਉਂਕਿ ਡੈਨਮਾਰਕ ਦੇ ਕਾਨੂੰਨ ਦੇ ਮੁਤਾਬਕ ਕੋਈ ਵੀ ਵਿਅਕਤੀ 2.5 ਇੰਚ ਤੋਂ ਵੱਧ ਦਾ ਨਾਈਫ ਜਾਂ ਚਾਕੂ ਜਾਂ ਛੁਰੀ ਲੈ ਕੇ ਪਬਲਿਕਲੀ ਨਹੀਂ ਜਾ ਸਕਦਾ। ਸੋ ਉੱਥੇ ਦੀ ਫੋਰੈਂਸਿਕ ਲੈਬੋਰਟਰੀ ਨੇ ਨਿਰਣਾ ਦਿੱਤਾ ਕਿ ਇਹ ਵਾਕਈ ਹੀ ਇਹ ਨਾਈਫ ਹੈ, ਹਾਲਾਂਕਿ ਇਹਦੀ ਐਜਸ, ਇਹਦੀਆਂ ਤਾਰਾਂ ਜਿਹੜੀਆਂ ਹੈ ਉਹ ਤਾਰ ਨਹੀਂ ਹੈ, ਤੇਜ਼ ਤਾਰ ਨਹੀਂ ਹੈ, ਪਰ ਇਹਦੀ ਚੁੰਝ ਨੋਕੀਲੀ ਹੈ। ਸੋ ਇਸ ਬਿਨਾਹ ਦੇ ਉੱਤੇ ਉੱਥੇ ਦੀ ਅਦਾਲਤ ਨੇ ਇਹ ਨਿਰਣਾ ਦਿੱਤਾ ਕਿ ਇਹ ਇਲੀਗਲ ਹਥਿਆਰ ਰੱਖਣ ਕਰਕੇ ਇਸ ਨੂੰ ਜਾਂ 6 ਦਿਨ ਦੀ ਕੈਦ ਜਾਂ 3,000 ਕਰੋਨਰ ਜੁਰਮਾਨਾ ਦਿੰਦਿਆਂ। ਪਰ ਇਸ ਦੇ ਵਿੱਚ ਬਹੁਤ ਅਹਿਮ ਜੋ ਫੈਸਲਾ ਹੈ ਉਸਦਾ ਇੱਕ ਅੰਗ ਇਹ ਹੈ, ਉੱਥੇ ਦੀ ਅਦਾਲਤ ਨੇ ਲਿਖਿਆ ਔਰ ਮੰਨਿਆ ਹੈ ਕਿ ਕਿਰਪਾਨ ਰੱਖਣਾ ਇਸ ਵਿਅਕਤੀ ਦਾ ਜਾਂ ਹਰ ਅੰਮ੍ਰਿਤਧਾਰੀ ਸਿੱਖ ਦਾ ਅਧਿਕਾਰ ਹੈ, ਉਸਦਾ ਹੱਕ ਹੈ। ਪਰ ਉਹਨਾਂ ਨੇ ਕਿਹਾ ਕਿ ਸਾਡੇ ਕਾਨੂੰਨ ਦੇ ਮੁਤਾਬਕ ਇਸ ਦੀ ਕੋਈ ਐਕਸੈਪਸ਼ਨ ਨਹੀਂ ਹੈ, ਇਸ ਕਰਕੇ ਉਹਨਾਂ ਨੇ ਇਸ ਨੂੰ ਸਜ਼ਾ ਦਿੱਤੀ। ਤੁਹਾਡੇ ਦੁਆਰਾ ਮਗਰ ਆਹੀ ਸਾਹਿਬ, ਕਾਨੂੰਨ ਫਰਾਂਸ ਵਿੱਚ ਪੱਗਾਂ ਦਾ ਮਸਲਾ ਜੇ ਹੱਲ ਨਹੀਂ ਹੋਇਆ, ਉਸ ਤੋਂ ਬਾਅਦ ਡੈਨਮਾਰਕ ਦੀ ਅਦਾਲਤ ਵੱਲੋਂ ਇਸ ਕਿਸਮ ਦਾ ਫੈਸਲਾ ਨਾ, ਸਿੱਖਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਹੈਗੇ ਨੇ ਜਾਂ ਧਾਰਮਿਕ ਆਰਟੀਕਲਸ ਜਿਹੜੇ ਕਿ ਉਹਨਾਂ ਦੇ ਫੇਥ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਤੇ ਇੱਕ ਵਾਰ ਫੇਰ ਸਵਾਲ ਖੜਾ। ਕੀ ਕਾਰਨ ਸਮਝਦੇ ਹੋ ਤੇ ਕੀ ਲੀਗਲ ਰਿਕੋਰਸ ਹੁਣ ਬਚਦਾ ਹੈਗਾ? ਡੈਨਮਾਰਕ ਦੀ ਗੱਲ ਕਰੀਏ ਜਾਂ ਫਰਾਂਸ ਵਿੱਚ ਪਹਿਲਾਂ ਵੀ ਆਪਾਂ ਗੱਲ ਕਈ ਵਾਰ ਕੀਤੀ ਹੈ। ਮੇਨ ਕਾਰਨ ਤਾਂ ਇਹਦਾ ਇਹੋ ਹੀ ਹੈਗਾ ਕਿ ਅਸੀਂ ਬਾਹਰਲੀ ਦੁਨੀਆ ਨੂੰ ਜੋ ਸਾਡੇ ਧਾਰਮਿਕ ਚਿੰਨ੍ਹ ਨੇ ਜਾਂ ਪਗੜੀ ਆ ਜਾਂ ਇਹ ਕਿਰਪਾਨ ਆ, ਇਹਨਾਂ ਬਾਰੇ ਅਸੀਂ ਬਹੁਤ ਦੁਨੀਆ ਨੂੰ ਇਹਦੇ ਬਾਰੇ ਜਾਣਕਾਰੀ ਦੇ ਨਹੀਂ ਸਕੇ, ਅਤੇ ਕਾਨੂੰਨ ਦੇ ਵਿੱਚ ਅਤੇ ਸੋਡ ਜਿਹੜੀ ਹੈ ਜਿਹਦਾ ਕਿਰਪਾਨ ਦਾ ਤਰਜਮਾ ਸੋਡ ਆਮ ਕੀਤਾ ਜਾਂਦਾ, ਇਹਦੇ ਨਾਲ ਅੱਜ ਨਹੀਂ ਜਦੋਂ ਦੇ ਕਾਨੂੰਨ ਬਣਨੇ ਸ਼ੁਰੂ ਹੋਏ ਆ ਹਿੰਦੁਸਤਾਨ ਦੇ ਵਿੱਚ ਵੀ, ਜਦੋਂ ਪਹਿਲਾਂ ਆਰਮਜ ਐਕਟ 1860 'ਚ ਬਣਿਆ ਉਦੋਂ ਵੀ ਸਿੱਖਾਂ ਨੂੰ ਕਾਫੀ ਮੁਸ਼ਕਲਾਂ ਆਈਆਂ। 1860 ਤੋਂ ਲੈ ਕੇ 1878 ਤੱਕ ਜਦੋਂ ਉਹਨਾਂ ਨੇ ਦੂਜਾ ਕਾਨੂੰਨ ਬਣਾਇਆ ਉਹਦੇ ਵਿੱਚ ਵੀ ਕੋਈ ਐਕਸੈਪਸ਼ਨ ਨਹੀਂ ਸੀ, ਅਤੇ ਸਰ ਅੰਮ੍ਰਿਤਧਾਰੀ ਸਿੱਖ ਨੂੰ ਜਾਂ ਜਿਹਨੂੰ ਵੀ ਉਹ ਚਾਹੁੰਦੇ ਸੀ ਫੜ ਲਿਆ ਜਾਂਦਾ ਸੀ। ਮੁੜ ਕੇ ਆ ਕੇ 1922 ਦੇ ਵਿੱਚ ਗੁਰਦੁਆਰਾ ਐਜੀਟੇਸ਼ਨ ਦੇ ਦੌਰਾਨ ਉਸ ਐਕਟ ਦੇ ਵਿੱਚ ਐਕਸੈਪਸ਼ਨ ਪਾਈ ਗਈ ਕਿ ਅੰਮ੍ਰਿਤਧਾਰੀ ਸਿੱਖ ਕਿਰਪਾਨ ਪਹਿਨ ਸਕਦਾ। ਇਸ ਦੌਰਾਨ ਵੀ 1922 ਤੋਂ ਅੱਜ ਤੱਕ ਵੀ ਕਈ ਬਹੁਤੇ ਕੇਸ ਦੇਸ਼ ਵਿੱਚ ਖੜੇ ਹੁੰਦੇ ਨੇ, ਦੇਸ਼ ਵਿੱਚ ਖੜੇ ਹੁੰਦੇ ਰਹੇ ਆ। ਫਿਰ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਸਪੈਸ਼ਲ ਪ੍ਰੋਵੀਜ਼ਨ ਆਰਟੀਕਲ 25 ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਗਈ। ਇਹ ਹੋਣ ਦੇ ਬਾਵਜੂਦ ਵੀ ਹਾਲੇ ਤਾਈਂ ਵੀ ਹਾਈ ਕੋਰਟਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਕੇਸ ਖੜੇ ਨੇ। ਸਾਡੇ ਆਪਣੇ ਹਾਈ ਕੋਰਟ ਦੇ ਵਿੱਚ ਕੇਸ 1985 ਦਾ ਇਸੇ ਕਿਰਪਾਨ ਵਾਲਾ ਕੇਸ ਹਾਲੇ ਵੀ ਪੈਂਡਿੰਗ ਆ। ਐਸਪੀ ਸਿੰਘ ਜੀ, ਪੂਰਾ ਮਸਲਾ ਤੁਸੀਂ ਦੇਖਿਆ ਦੇਸ਼ ਦੇ ਵਿੱਚ ਵੀ ਤੇ ਹੁਣ ਵਿਦੇਸ਼ਾਂ ਦੇ ਵਿੱਚ ਵੀ ਇਹ ਚੀਜ਼ ਪ੍ਰੋਬਲਮ ਆ ਰਹੀ ਹੈ, ਲੇਕਿਨ ਮੂਲ ਕਾਰਨ ਕੀ ਸਮਝਦੇ ਹੋ? ਕਿਉਂ ਕਿਉਂ ਇਹ ਸਾਰੀ ਦਿੱਕਤ ਆ ਰਹੀਆਂ ਨੇ? 300 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਖਾਲਸਾ ਦੀ ਸਥਾਪਨਾ ਹੋਈ ਨੂੰ, ਉਸ ਤੋਂ ਬਾਵਜੂਦ ਸਾਡੀਆਂ ਨੇ ਰਿਲੀਜੀਅਸ ਬੋਡੀ ਨੇ ਸਾਡੀ ਸਰਕਾਰਾਂ ਨੇ ਕਿਉਂ ਫੇਲ ਹੋ ਰਹੀਆਂ ਨੇ ਪੂਰੀ? ਮੈਨੂੰ ਨਹੀਂ ਲੱਗਦਾ ਵਿਦੇਸ਼ਾਂ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ।
ਜਿਹੜੀਆਂ ਪ੍ਰੋਬਲਮਸ ਨੂੰ ਅਸੀਂ ਦੇਖ ਰਹੇ ਹਾਂ ਇਸ ਨੂੰ ਇੱਕ ਵਾਰੀ ਫਿਰ ਤੋਂ ਦੇਖਿਆ ਜਾਵੇ। ਜੇ ਫਰਾਂਸ ਦੇ ਵਿੱਚ ਸਿੱਖ ਬੱਚਿਆਂ ਨੂੰ ਟਰਬਨ ਪਹਿਨਣ ਤੋਂ ਮਨ੍ਹਾ ਕੀਤਾ ਗਿਆ ਤਾਂ ਸਿੱਖ ਬੱਚਿਆਂ ਨੂੰ ਮਨ੍ਹਾ ਨਹੀਂ ਕੀਤਾ ਗਿਆ। ਫਰਾਂਸ ਦੇ ਵਿੱਚ ਉਹ ਇੱਕ ਪਰਟੀਕੂਲਰ ਪ੍ਰੋਬਲਮ ਨੂੰ ਟੈਕਲ ਕਰ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਬੱਚੇ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਜੇ ਸਕੂਲਾਂ ਵਿੱਚ ਜਾਂਦੇ ਨੇ ਤਾਂ ਧਰਮਾਂ ਦੇ ਪ੍ਰਤੀ ਬਹੁਤ ਹੀ ਛੋਟੀ ਉਮਰ ਤੋਂ ਇਸ ਕਿਸਮ ਦੀ ਚੇਤਨਾ ਪੈਦਾ ਹੁੰਦੀ ਜਿਹੜੀ ਬੱਚਿਆਂ ਨੂੰ ਇੱਕ ਦੂਜੇ ਨਾਲੋਂ ਨਿਖੇੜਦੀ ਹੈ, ਦੂਰ ਕਰਦੀ ਹੈ। ਇਸ ਵਿੱਚ ਜਿਹੜੀ ਉਹਨਾਂ ਨੇ ਤਰੁੱਟੀਆਂ ਵਿੱਚ ਸੁਧਾਰ ਲਿਆਂਦਾ ਉਹਦੇ ਵਿੱਚ ਇੱਕ ਐਬੀਰੇਸ਼ਨ ਆ ਗਈ, ਉਹਦੇ ਵਿੱਚ ਸਿੱਖ ਵੀ ਕਵਰ ਹੋ ਗਏ। ਉਹ ਇਹ ਗੱਲ ਨਹੀਂ ਇਮੀਡੀਏਟਲੀ ਸਮਝ ਸਕੇ ਕਿ ਸਿੱਖਾਂ ਦੀ ਜਿਹੜੀ ਬੱਚਿਆਂ ਦੀ ਦਸਤਾਰ ਹੈ ਉਹ ਕਿੰਨੇ ਅਪੇਜ ਤਰੀਕੇ ਨਾਲ ਉਹਨਾਂ ਦੀ ਜੀਵਨ ਸ਼ੈਲੀ ਦੇ ਨਾਲ ਜੁੜੀ ਹੋਈ ਹੈ। ਇਸ ਗੱਲ ਨੂੰ ਫਰੈਂਚ ਗਵਰਨਮੈਂਟ ਬਾਰ ਬਾਰ ਸਮਝ ਵੀ ਰਹੀ ਆ, ਉਹਨਾਂ ਦੇ ਮਿਨਿਸਟਰ ਜਦੋਂ ਇੱਥੇ ਆਉਂਦੇ ਨੇ ਉਹ ਕਹਿੰਦੇ ਵੀ ਨੇ ਤੇ ਉਸ ਨੂੰ ਦੂਰ ਕਰਨ ਦਾ ਯਤਨ ਅਜੇ ਵੀ ਜਾਰੀ ਹੈ। ਉਹਨਾਂ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਅਸੀਂ ਨਹੀਂ ਕਰਾਂਗੇ। ਡੈਨਮਾਰਕ ਦੇ ਵਿੱਚ ਵੀ ਜਿਸ ਤਰ੍ਹਾਂ ਲਾਂਬਾ ਸਾਹਿਬ ਨੇ ਦੱਸਿਆ ਜੋ ਜਜਮੈਂਟ ਦਿੱਤੀ ਹੈ, ਜੱਜ ਨੇ ਬਕਾਇਦਾ ਰੈਕੋਗਨਾਈਜ਼ ਕੀਤਾ ਹੈ, ਕੋਪਨਹੇਗਨ ਸਿਟੀ ਕੋਰਟ ਦੀ ਜੱਜ ਨੇ, ਕਿ ਨਿਸ਼ਚਿਤ ਤੌਰ ਤੇ ਇਹ ਸਿੱਖਾਂ ਦਾ ਧਾਰਮਿਕ ਨਿਸ਼ਾਨੀ ਹੈ ਕਿਉਂਕਿ ਉੱਥੋਂ ਦੇ ਕਾਨੂੰਨ ਦੇ ਵਿੱਚ ਅਜਿਹੀ ਕੋਈ ਪਹਿਲਾਂ ਤੋਂ ਅਗਾਊਂ ਧਾਰਾ ਨਹੀਂ ਸੀ ਜਿਹਦੇ ਅਧੀਨ ਉਸ ਦੇ ਕੋਲ ਵੀ ਐਕਸੈਪਸ਼ਨ ਦੇਣ ਦੀ ਕੋਈ ਪਾਵਰ ਹੁੰਦੀ। ਗ੍ਰੈਜੂਅਲੀ ਅਸੀਂ ਉਮੀਦ ਕਰਦੇ ਹਾਂ ਕਿ ਨਾ ਕੇਵਲ ਡੈਨਮਾਰਕ ਦੇ ਵਿੱਚ ਬਲਕਿ ਯੂਰਪੀਅਨ ਯੂਨੀਅਨ ਦੇ ਵਿੱਚ, ਅਮਰੀਕਨ ਕੰਟੀਨੈਂਟ ਦੇ ਵਿੱਚ ਇਸ ਪਰਟੀਕੂਲਰ ਮੁੱਦੇ ਤੋਂ ਹੁਣ ਜਿੱਧਰ ਧਿਆਨ ਗਿਆ ਹੈ ਕਮਿਊਨਿਟੀ ਦਾ, ਇਹਦੇ ਲਈ ਲੜਾਈ ਲੜੀ ਜਾਵੇ। ਪਰ ਵੱਡੀ ਲੜਾਈ ਲੜਨ ਵਾਲੀ ਆਪਣੇ ਦੇਸ਼ ਵਿੱਚ ਹੈ, ਜਿਸ ਤਰ੍ਹਾਂ ਰਾਈ ਸਾਹਿਬ ਨੇ ਦੱਸਿਆ ਕਿ ਅਜੇ ਤਾਂ ਆਪਣੇ ਦੇਸ਼ ਵਿੱਚ ਜਿੱਥੇ ਸਿੱਖਾਂ ਦੀ ਆਈਡੈਂਟੀ ਦੇ ਬਾਰੇ ਬਹੁਤੇ ਭੁਲੇਖੇ ਨਹੀਂ ਹੋਣੇ ਚਾਹੀਦੇ ਉੱਥੇ ਹੀ ਇੰਨੇ ਭੁਲੇਖੇ ਨੇ ਕਿ ਇੰਨੇ ਕੇਸਿਸ ਚੱਲਦੇ ਰਹਿੰਦੇ ਨੇ। ਜਿਸ ਤਰੀਕੇ ਨਾਲ ਸਿੱਖਾਂ ਦੀਆਂ ਨੁਮਾਇਆ ਜਥੇਬੰਦੀਆਂ ਨੇ ਇਹਨਾਂ ਕੇਸਿਸ ਨੂੰ ਟੇਕਅਪ ਕਰਨਾ ਹੁੰਦਾ, ਉਹਨਾਂ ਦੀ ਆਪਣੀ ਵਰਕਿੰਗ ਇਸ ਕਿਸਮ ਨਾਲ ਚੱਲਦੀ ਹੈ। SGPC ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ, ਪਰ ਪਾਰਲੀਮੈਂਟ ਤੇ ਕੀ ਇਹ ਤੇ ਕਿਸੇ ਮੌਬ ਵਾਂਗ ਚੱਲਦੀ ਹੈ ਜਿਨ੍ਹਾਂ ਦੇ 200 ਕਰੋੜ ਰੁਪਏ ਦੇ ਬਜਟ 5 ਮਿੰਟ ਵਿੱਚ ਪਾਸ ਹੋ ਜਾਣ। ਉਹਨਾਂ ਉਸ ਕਿਸਮ ਦੇ ਜਥੇਬੰਦੀਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? SPG ਦੀ ਗੱਲ ਤੋਂ ਬਾਅਦ ਗੱਲ ਫੁੱਲ ਨਿਕਲ ਕੇ ਹੀ ਆ ਰਹੀ ਵੀ ਮੁਲਕ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਲੈ ਕੇ ਇੰਨੀ ਜਿਹੜੀ ਜਾਗਰੂਕਤਾ ਨਹੀਂ ਪੈਦਾ ਕਰ ਪਾਈ ਹੈਗੀ ਨੇ, ਭਾਵੇਂ ਉਸ ਇੱਕ ਜਥੇਬੰਦਕ ਬੋਡੀਜ਼ ਦੀ ਗੱਲ ਕਰੀਏ ਜਾਂ ਉਹ ਸਾਰੇ ਇੰਸਟੀਟਿਊਸ਼ਨ ਜੋ ਕਿ ਅੱਜ ਦੀ ਤਰੀਕ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਜਮਾਤ ਜਾਂ ਸਿੱਖ ਕੌਮ ਨੂੰ ਰਿਪ੍ਰੈਜ਼ੈਂਟ ਕਰਦੇ ਨੇ, ਲੇਕਿਨ ਕੀ ਇਹ ਕਦੋਂ ਤੋਂ ਪੂਰਾ ਸਿਲਸਿਲਾ ਚਲਾ ਰਿਹਾ ਤੇ ਕਿਤੇ ਲੀਗਲ ਕੀ ਇੰਪਲੀਕੇਸ਼ਨਸ ਹੋਰ ਹੈਗੇ ਨੇ? ਸਾਡੀ ਗੱਲਬਾਤ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ। ਅਮਰੀਕ ਸਿੰਘ ਜੀ, ਇਹਨਾਂ ਨੇ ਵੀ ਹੁਣੇ ਅੰਬੂਜਾ ਸੀਮੈਂਟ ਨਾਲ ਘਰ ਬਣਵਾਇਆ। ਬਈ ਸੁਣਿਆ ਤਾਂ ਇਹ ਸੀ ਕਿ ਮਜ਼ਬੂਤ ਸੀਮੈਂਟ ਵਿੱਚ ਪਾਣੀ ਬਹੁਤ ਜ਼ਿਆਦਾ ਪਾਣਾ ਪੈਂਦਾ, ਪਰ ਸਾਰਾ ਸ਼ੱਕ ਦੂਰ ਕਰ ਦਿੱਤਾ ਠੇਕੇਦਾਰ ਸਾਹਿਬ ਨੇ। ਕਹਿਣ ਲੱਗੇ ਥੋੜੇ ਬਹੁਤ ਪਾਣੀ ਦੀ ਗੱਲ ਨਹੀਂ ਹੈ, ਗੱਲ ਹੈ ਚੰਗੀ ਦੇਖਭਾਲ ਦੇ ਨਾਲ ਨਾਲ ਚੰਗੀ ਤਰ੍ਹਾਂ ਤਰਾਈ ਕਰਨ ਦੀ ਵੀ। ਬਈ ਚੰਗਾ ਸੀਮੈਂਟ ਪਾਓਗੇ ਤਾਂ ਤੁਹਾਨੂੰ ਚੀਜ਼ ਵੀ ਮਜ਼ਬੂਤ ਮਿਲੇਗੀ। ਹੈ ਆਪਣਾ ਹੀ ਘਰ ਦੇਖ ਲਓ, ਹੈ ਅੰਬੂਜਾ ਸੀਮੈਂਟ ਦੇ ਨਾਲ ਨਾਲ ਠੇਕੇਦਾਰ ਦਾ ਸਿਆਣਪਣ ਵੀ ਜੁੜਿਆ ਹੋਇਆ ਨਾਲ। ਅੰਬੂਜਾ ਸੀਮੈਂਟ, ਵਿਰਾਟ ਕੰਪਰੈਸਿਵ ਸਟਰੈਂਥ। Mr. Fateh, congrats. Pepsi ਢੱਕਣ ਵਿੱਚ ਬੱਚਨ, ਬਸ Pepsi ਪੀਓ ਤੇ ਆਪਣੀ ਕਿਸਮਤ ਚਮਕਾਓ। ਜੇ ਢੱਕਣ ਵਿੱਚ ਅਮਿਤਾਭ ਦੀ ਫੋਟੋ ਨਿਕਲੀ ਤਾਂ ਬ੍ਰਦਰ ਤੁਸੀਂ ਅਮਿਤਾਭ ਬੱਚਨ ਨਾਲ ਯਾਰੀ ਪਾਓ, ਨਹੀਂ ਤਾਂ ਕੈਸ਼ ਜਿੱਤੋ ਤੇ ਮੌਜ ਮਨਾਓ। ਫਤੇ ਮੇਰਾ ਯਾਰ ਹੋਇਆ। Pepsi ਇਹ ਵਿਆਸ ਹੈ ਵੱਡੀ ਸਵਾਦ ਆ ਗਿਆ, ਚੱਲ ਛੋਟੇ ਥੋੜਾ ਡੀਜ਼ਲ ਬਚਾਤੇ ਹੈਂ। डीजल बचाने के लिए ये सब क्यों? ट्रक में डीजल नहीं टर्बोजेट डालो, HP टर्बोजेट यानी ज्यादा माइलेज वाला डीजल। चली 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 ट्रक चली। Join my team, we'll beat him. क्यों? हारना है क्या? Airtel Showdown, dial 646 and you could join your star for a day of action games. शादी के दिन मैं तैयार हो रही थी। सब बकवास है, पैसा नहीं तो शादी नहीं। ता मैं फैसला किया, ਮੈਨੂੰ ਇਹ ਸ਼ਾਦੀ ਨਹੀਂ ਕਰਨੀ। ਕੀ ਖੂਬਸੂਰਤੀ ਹੈ ਤੇਰੀ ਹਿੰਮਤ, ਜਾਂ ਹਿੰਮਤ ਹੈ ਤੇਰੀ ਖੂਬਸੂਰਤੀ। ਤੇ ਹਾਂ, ਜੋ ਸਹੀ ਸੀ ਮੈਂ ਉਸੇ ਦਾ ਸਾਥ ਦਿੱਤਾ। ਇੱਕ ਹੋਰ ਸਵਾਲ, ਮੇਰਾ ਸਾਥ ਦੇਵੇਂਗੇ? ਖੂਬਸੂਰਤੀ ਜੋ ਦਿਵਾਏ ਹਿੰਮਤ। ਖਾਓ ਗਗਨ, ਰਹੋ ਮਗਨ। पहले मंगनी फिर लगन, पहले भोजन फिर भजन। साथ जो रहे यार, लगन, वनस्पति।
आपके भोजन की तारीफ का राज गगन वनस्पति। बेटी क्या बात है, तू मुझे तो बता। दुनिया वालों से मैं लड़ूंगा बेटी, तू मुझे बता। ओ बहना, अपने भैया को तो दिल की बात पता ना। मेरा फोन अब पुराना हो गया है, मैं क्या करूं? मैं बताऊं? हाँ। नोकिया का नया CDMA रेंज अपनाइए, रिलायंस हैंडसेट चेंज कार्ड लाइए और बिना नंबर बदले अपने पुराने हैंडसेट से आजादी पाइए, यानी नंबर वही और अब फोन भी सही। पंप होवे पट्टे चक अते होवे गुण भरपूर, खेता दे विच रौनक ल्यावे खुशहाली दा नूर। KSB दा वादा, गुणवत्ता दा वादा। KSB सबमर्सिबल पंप्स, तरक्की 100 गुणा पक्की। पेश है नया मैगी टोमेटो केचप का सुपर सेवर ऑफर, बड़े पर 12 रुपए बचाओ और छोटे पर 7 रुपए बचाओ। याहू याहू, एकदम सुपर ऑफर है। बालों को बजाज आमंड ड्रॉप से नरिश करें, क्योंकि इसमें नारियल तेल के मुकाबले 300% ज्यादा विटामिन ई है। तो मेरी माने और चाहे जितना कुछ कुछ करें, बजाज आमंड ड्रॉप से बालों का कुछ कुछ करें। मैं ताजा, शाम में ताजा, दिन भर के हर काम ताजा, रखे दिन भर ताजा। प्रमोशन मिला, टिकिया घिस गई, हाथ घिस गए, पर सफेदी नहीं आई। अरे निराश ना होइए भाभी जी, अब देखिए इसी कमीज को नए सैमसंग DNI विजन पर, जिसके 4 इंजन ते भरपूर कॉन्ट्रास्ट। फ्लैट टीवी से 4 कदम आगे, DNI विजन। फ्लाइट AX318 to New York has been delayed. We regret the inconvenience. साडा पंजाबी उथे स्पाइस, स्पाइस है तो लाइफ है। खबर साहब प्रोग्राम में साड़ी गलबात चल रही है, डेनमार्क दी एक अदालत वालों एक अमृतारी सिख युवक नू इस गल ते सजा ला देना कि उसने अपने कुल कृपान रखी, जो कि सिखा दे 5 ककारा विचों एक हैगी है। जी एस लांबा साहब, MS राही साहब ते SP सिंह जी साडे नाल इस गलबात ते इस दे जेड़ा ब्रॉडर एस्पेक्ट उस उते गलबात कर रहे ने। लामा जी, ये देखो भी SP सिंह जी ने गल की भी विदेशों में कोई ज्यादा वड्डी प्रॉब्लम नहीं, वो सिर्फ रीकनसाइल करने की कोशिश कर रहा है भी सिखिज्म के जो बेसिक टेनेट्स है उन्होंने अपनी लीगल स्ट्रीम्स या लीगल वो नाल तुसी बाकी इन्होंने गल नाल इतफाक रखते हो कि यह सिर्फ उन्नी प्रॉब्लम है या इट्स अ ब्रॉडर इशू? इन्होंने जी गल की एक गल तो बड़ा इंटरेस्टिंग एंगल यह लिया है कि मिनी पार्लीमेंट कही जाती है, और जो सही मैंने देखा जाए वाकई जिदा पार्लीमेंट चलती है उदा ही चलाना चाहते हैं, पार्लीमेंट भी इदा ही चलती है। सो यह वाकई मिनी पार्लीमेंट है। बाकी रह गई गल जी, यह भी बिल्कुल सही है, दुरुस्त है कि जिस तरह हुण डेनमार्क की सरकार ने, डेनमार्क दियां NGOs ने रिपदमन सिंह अते होरना दी मदद लैंदियां है कि तुसी अपने बारे दसो, स्कूलां दे विच उन्हां नूं भेजदे आ, 12 शहरां च उन्हां ने भेजिया स्कूलां च, इह अपनी डेनमार्क दे वख-वख शहरां विच जाके 12 स्कूलां दे विच जाके उसने अपनी दस्तार, अपनी कृपान, उहदे बारे उसने ब्लैक बोर्ड दे उत्ते खंडे दी तस्वीरां, सारा कुछ उन्हां जागरूकता और चेतनता पैदा कीती। पर हुण जे इत्थे असीं लभीए, उह अगर लभणा चाहण कि डेनिश दे विच, स्पेंच फ्रेंच विच, स्पेनिश विच, इटैलियन विच कोई लिटरेचर मिले ते मेरा ख्याल है नहीं अजे तक कृपान बारे को वखरा को लिटरेचर साडे कोल भी को हो सके। सो ए चेतनता पैदा करनी तां साडे जिहड़े कौमी आगू है या जिहड़ियां साडी लीडरशिप है उन्हां दा फर्ज है कि इस नूं वध तों वध ए जिहड़ा लिटरेचर है क्यों असीं पांदे आ, इहदी अहमियत की है, क्योंकि कृपान केवल ए जिहड़ा साडा आइडेंटिटी दा चिन्ह है। और ये गल सही है कि हर मिनोरिटी कम्युनिटी खास करके उदी एंटिटी उदी आइडेंटिटी दे उत्ते निर्भर करती है। SP सिंह जी कुछ कहना चाह रहे हैं? देखो रिपदमन सिंह जी दे नाल ये वाकया 24 मई 2004 नूं तुसी तारीख दसी है, उस तो बाद ये जानकारी विच आया कि जथेदार अकाल तख्त साहिबान नूं फौरी तौर ते इहदे बारे सूचित किया गया सी, उन्होंने बकायदा श्रोमणी कमेटी नूं चिट्ठी भी लिखी, नैशनल माइनोरिटीज कमीशन दे चेयरमैन त्रिलोचन सिंह जी ने चिट्ठी लिखी। रसम अदाई तो बाद अगे दी कोई कार्रवाई नहीं हुई, इथों साडी सेंसिटिविटी दे लैक दा पता चलदा इशू दे प्रति। डेनिश कोर्ट दी जिहड़ी जजमेंट है, एक साल बाद डेनिश कोर्ट दी जिहड़ी जजमेंट है, जज दे जिहड़े शब्द ने उहनां दी सेंसिटिविटी दर्शांदे ने, उह आदमी नूं कन्विक्ट करन लग्गे आ वी दस रहे ने
ਕਿ ਇਹਦਾ ਗਿਲਟ ਕੇਵਲ ਟੈਕਨੀਕਲੀ ਲਾ ਦੇ ਵਿੱਚ ਇੱਕ ਅਜਿਹੀ ਕਲੋਜ਼ ਦੀ ਅਨਹੋਂਦ ਕਾਰਨ ਅਸੀਂ ਕਰ ਰਹੇ ਹਾਂ, ਅਦਰਵਾਈਜ਼ ਅਸੀਂ ਇਹ ਐਕਸੈਪਟ ਕਰਦੇ ਹਾਂ ਕਿ ਇਹਦੀ ਇਹ ਜੀਵਨ ਸ਼ੈਲੀ ਦਾ ਹਿੱਸਾ ਕਿਰਪਾਨ ਹੈ। ਸਾਡੀ ਸੈਂਸਿਟੀਵਿਟੀ ਜਿਹੜੀ ਹੈ, ਜੇ ਡੈਨਿਸ਼ ਕੋਟ ਉਸਨੂੰ ਸਟੱਡੀ ਕਰੇ ਤਾਂ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਬਚੇਗਾ। ਵਾਪਸ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜਿਸ ਤਰੀਕੇ ਨਾਲ ਸਿੱਖ ਕੌਮ ਨੂੰ ਇੰਪੈਕਟ ਕਰਦੇ ਵੱਡੇ ਇਸ਼ੂਸ ਟੈਕਲ ਕੀਤੇ ਜਾਂਦੇ ਨੇ, ਉਹਨਾਂ ਵਿੱਚ ਬਹੁਤ ਵੱਡੀ ਤਰੁੱਟੀ ਹੈ। ਸ਼੍ਰੋਮਣੀ ਕਮੇਟੀ ਇੱਕ ਆਪਣੇ ਸਭ ਤੋਂ ਅਸੀਮ ਧਾਰਮਿਕ ਸਥਲ ਬਾਰੇ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਬਾਰੇ ਇੱਕ ਡੋਜ਼ੀਅਰ ਤਿਆਰ ਕਰਵਾਉਂਦੀ ਹੈ, ਉਹਦੇ ਲਈ ਪੈਸਾ ਦਿੰਦੀ ਹੈ, ਉਹਦੇ ਲਈ ਮੀਟਿੰਗਸ ਹੁੰਦੀਆਂ ਨੇ, ਸਾਲ ਭਰ ਦੋ ਸਾਲ ਭਰ ਇਹ ਸਾਰਾ ਕੁਝ ਚੱਲਦਾ ਰਹਿੰਦਾ। ਫਿਰ ਉਹ ਡੋਜ਼ੀਅਰ ਇਸ ਕਰਕੇ ਨਹੀਂ ਰਿਜੈਕਟ ਹੁੰਦਾ ਕਿ ਉਸ ਵਿੱਚ ਕੁਝ ਤਰੁੱਟੀਆਂ ਨੇ, ਬਲਕਿ ਇਸ ਲਈ ਰਿਜੈਕਟ ਹੁੰਦਾ ਕਿ ਉਹ ਤਾਂ ਮੂਲੋਂ ਹੀ ਸਿੱਖੀ ਦੇ ਵਿਰੁੱਧ ਹੈ। ਮੂਲੋਂ ਹੀ ਸਿੱਖੀ ਦੇ ਵਿਰੁੱਧ ਕੋਈ ਕੰਮ ਕਰਨ ਲਈ ਅਸੀਂ ਦੋ ਸਾਲ ਉਸਨੂੰ ਮਾਲੀ ਇਮਦਾਦ ਦਿੰਦੇ ਰਹਿੰਦੇ ਹਾਂ ਅਤੇ ਫਿਰ ਇਹ ਫੈਸਲਾ ਲੈਂਦੇ ਹਾਂ। ਜ਼ਾਹਿਰ ਤੌਰ 'ਤੇ ਜਾਂ ਤਾਂ ਉਹਦੀ ਇਨਸੈਪਸ਼ਨ ਵੇਲੇ ਬੜੀ ਵੱਡੀ ਭੁੱਲ ਹੋਈ ਹੈ, ਜਾਂ ਜਿਸ ਤਰੀਕੇ ਨਾਲ ਉਸਨੂੰ ਰੱਦ ਕੀਤਾ ਗਿਆ ਉਹਦੇ ਵਿੱਚ ਕੋਈ ਵੱਡੀ ਭੁੱਲ ਹੈ, ਜਾਂ ਫਿਰ ਮਸਲਾ ਪੁਰਾਣਾ ਹੀ ਹੈ ਕਿ ਬਡੂੰਗਰ ਸਾਹਿਬ ਦੇ ਆਦਮੀ ਬੀਬੀ ਜੀ ਨੇ ਕੱਢ ਦਿੱਤੇ, ਬੀਬੀ ਜੀ ਦੇ ਆਦਮੀ ਬਡੂੰਗਰ ਸਾਹਿਬ ਕੱਢ ਦੇਣਗੇ, ਅਗਲੀ ਵਾਰੀ ਕੋਈ ਦੋਨਾਂ ਦੇ ਕੱਢ ਦੇਗਾ, ਇਸੇ ਤਰੀਕੇ ਨਾਲ ਮਸਲੇ ਚੱਲ ਰਹੇ। ਰਾਈ ਸਾਹਿਬ, ਸੈਂਸਿਟੀਵਿਟੀ ਦੀ ਗੱਲ ਕੀਤੀ, ਅਕਸਰ ਜਦੋਂ ਵੀ SGPC ਨੁਮਾਇੰਦੇ ਸਾਡੇ ਨਾਲ ਇੱਥੇ ਬੈਠੇ ਹੁੰਦੇ ਨੇ ਜਾਂ ਹੋਰ ਕੋਈ ਵੀ ਮੰਨਦੇ, ਉਹ ਕਹਿੰਦੇ ਨੇ ਜੀ ਅਸੀਂ 400 ਸਾਲਾਂ ਮਨਾਇਆ ਸੀ, 300 ਸਾਲਾਂ ਮਨਾਇਆ ਸੀ, 600 ਸਾਲਾਂ, 500 ਸਾਲਾਂ, ਇਸ ਕਿਸਮ ਦੇ ਸੈਰੇਮੋਨੀਅਲ ਗੱਲਾਂ ਕਰਦੇ ਨੇ। ਅਸੀਂ ਜਾਗਰੂਕਤਾ ਕੀਤੀ, 1000 ਸਿੱਖਾਂ ਨੂੰ ਅਸੀਂ ਅੰਮ੍ਰਿਤ ਛਕਾਤਾ ਹੈਗਾ, ਉਹ ਅੰਮ੍ਰਿਤ ਤਾਂ ਛਕਾ ਦਿੰਦੇ ਨੇ ਲੇਕਿਨ ਫਿਰ ਵੀ ਉਹ ਅੰਮ੍ਰਿਤ ਧਾਰੀ ਸਿੱਖ ਦਾ ਜਿਹੜਾ ਇੱਕ ਕਾਰ ਹੈ ਉਹਦੇ ਪ੍ਰਤੀ ਇਸ ਕਿਸਮ ਦੀ ਸੈਂਸਿਟੀਵਿਟੀ। ਮੈਂ ਜਾਣਨਾ ਚਾਹਾਂਗਾ ਵੀ ਇਹਨਾਂ ਨੇ ਲਿਟਰੇਚਰ ਦੀ ਵੀ ਗੱਲ ਕੀਤੀ ਸੀ, ਕੀ ਕੁਛ ਹੋ ਪਾਇਆ ਹੈਗਾ ਉਸ ਦਿਸ਼ਾ ਵਿੱਚ, ਅਤੇ ਲੀਗਲੀ ਸਪੀਕਿੰਗ ਪਿਛਲੇ ਕਰੀਬਨ 80 ਜਾਂ 90 ਸਾਲਾਂ ਦੇ ਵਿੱਚ ਕਈ ਕੋਰਟਸ ਤੁਸੀਂ ਦੱਸਿਆ ਪੈਂਡਿੰਗ ਪਏ, ਕੇਸਿਸ ਪੈਂਡਿੰਗ ਪਏ ਨੇ, ਉਹ ਕੀ ਕਿਉਂ ਕਿਉਂ ਪਏ ਨੇ ਪੈਂਡਿੰਗ, ਕਿਉਂ ਨਹੀਂ ਉਹਨਾਂ ਦਾ ਨਿਪਟਾਰਾ ਹੋ ਪਾ ਰਿਹਾ? ਕਿਉਂਕਿ ਮੇਰਾ ਵੀ ਕੋਈ 10 ਸਾਲਾਂ ਦਾ ਪਿਛਲਿਆਂ ਦਾ SGPC ਨਾਲ ਅਤੇ ਬਾਹਰ ਇੰਟਰਨੈਸ਼ਨਲ ਵਰਲਡ ਦੇ ਨਾਲ ਵੀ ਬੜਾ ਡੂੰਘਾ ਵਾਸਤਾ ਰਿਹਾ, ਅਤੇ ਪਿਛਲੇ 10 ਸਾਲਾਂ ਤੋਂ ਮੈਂ NCERT ਦੇ ਕੇਸੇ ਜਿਹਨਾਂ ਵਿੱਚ ਗੁਰੂਆਂ ਬਾਰੇ ਕਈ ਕੁਛ ਲਿਖਿਆ ਸੀ ਉਹ ਅਸੀਂ ਕੋਰਟਾਂ 'ਚ ਕੀਤੇ ਆ, ਸੁਪਰੀਮ ਕੋਰਟ ਤੱਕ ਕੇਸ ਗਏ ਆ, SGPC ਨੂੰ ਵੀ ਉਹਨਾਂ ਬਾਰੇ ਬੜਾ ਇਨਫੋਰਮ ਕੀਤਾ, ਅਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੇ ਮੇਰੇ ਜਰਮਨ ਜਾਂ ਸਪੈਨਿਸ਼ ਜਾਂ ਹੋਰ ਦੋਸਤ ਸੀ ਉਹਨਾਂ ਦਾ ਇਤਰਾਜ਼ ਇੱਕੋ ਹੀ ਸੀ ਕਿ ਅੰਗਰੇਜ਼ੀ ਤੋਂ ਇਲਾਵਾ ਹੋਰ ਨਾ ਯੂਰਪ ਦੀ ਲੈਂਗੁਏਜ ਵਿੱਚ ਤੁਹਾਡਾ ਕੋਈ ਲਿਟਰੇਚਰ ਨਹੀਂ ਅਤੇ ਤੁਹਾਡੇ ਬਾਰੇ ਕੋਈ ਨਹੀਂ ਜਾਣਦਾ, ਅਤੇ ਇਸ ਕਰਕੇ ਬਿਹਤਰ ਇਹ ਹੋਇਆ ਕਿ ਤੁਸੀਂ ਦੂਜੀਆਂ ਲੈਂਗੁਏਜ ਅੰਗਰੇਜ਼ੀ ਤੋਂ ਇਲਾਵਾ ਵੀ ਹੋਰ ਨਾ ਲੈਂਗੁਏਜ ਆਪਣਾ ਲਿਟਰੇਚਰ ਆਪਣੀ ਬਾਰੇ ਜਾਣਕਾਰੀ ਦੇਵੋ। ਤਾਂ ਉਹਦੇ ਬਾਰੇ ਮੈਂ ਕਈ ਵਾਰੀ SGPC ਨੂੰ ਬਹੁਤ ਹੀ ਅਪਰੋਚ ਕੀਤਾ ਕਿ ਤੁਸੀਂ ਕੋਈ ਇਹੋ ਜਿਹਾ ਪ੍ਰੋਜੈਕਟ ਚਲਾਓ ਜਿਹਦੇ 'ਚ ਸਾਡੇ ਆਮ ਜਿਹੜਾ ਲਿਟਰੇਚਰ ਆ ਉਹ ਦੂਜੀਆਂ ਜ਼ਬਾਨਾਂ ਦੇ ਵਿੱਚ ਕੀ ਰਿਸਪੋਂਸ ਸੀਗਾ ਜੀ ਉਹਨਾਂ ਦਾ? ਰਿਸਪੋਂਸ ਜੇ ਮੈਂ ਕਹਾਂ ਕੋਈ ਰਿਸਪੋਂਸ ਹੀ ਨਹੀਂ ਸੀ, ਤੇ ਅਸੀਂ ਆਪਣੇ ਵੱਲੋਂ ਪਿੱਛੇ ਜਾਏ। ਦੇਖੋ ਇਹ ਕਿਤਾਬ ਦਾ ਟ੍ਰਾਂਸਲੇਸ਼ਨ ਕਰਾ ਕੇ ਜਿਹੜੀ ਮੈਂ ਛੋਟੀ ਜਿਹੀ ਲਿਖੀ ਆ ਸਰ, ਸਮੱਸਿਆ ਇੱਥੇ ਆ ਜਾਂਦੀ ਹੈ ਕਿ SGPC ਰਾਹੀ ਸਾਹਿਬ ਨੂੰ ਅਪਰੋਚ ਨਹੀਂ ਕਰ ਰਹੀ ਸੀ, ਰਾਹੀ ਸਾਹਿਬ SGPC ਨੂੰ ਅਪਰੋਚ ਕਰ ਰਹੇ ਸਨ। ਜੇ NCERT ਦੀਆਂ ਕਿਤਾਬਾਂ ਦੇ ਉੱਤੇ ਕੋਈ ਲੜਾਈ ਲੜੀ ਗਈ ਹੈ ਤੇ ਰਾਹੀ ਸਾਹਿਬ ਦਾ ਵਨ ਮੈਨ ਮੁਹਾਜ਼ ਸੀ ਜਿਨ੍ਹਾਂ ਨੇ ਜਹਾਦ ਵਾਂਗ ਲੜਾਈ ਲੜੀ ਹੈ, ਇਹਦੇ 'ਚ SGPC ਤੋਂ ਮਦਦ ਮੰਗੀ ਜਾ ਰਹੀ ਸੀ, SGPC ਆਪਣਾ ਮੁਹਾਜ਼ ਨਹੀਂ ਕ੍ਰੀਏਟ ਕਰ ਸਕਦੀ। ਹੋਰ ਵੀ ਇੰਪੋਰਟੈਂਟ ਆਸਪੈਕਟ ਹੈ ਵੀ ਇਹਨਾਂ ਦਾ ਰਾਹੀ ਸਾਹਿਬ ਦੇ ਬੇਟੇ ਅਮਨ ਨੇ ਇੱਕ ਕੇਸ ਕੀਤਾ ਸੀਗਾ NCERT ਦੀ ਬੁੱਕਸ ਦੇ ਵਿੱਚ ਲੈ ਕੇ, ਅੱਜ ਦੀ ਤਰੀਕ ਵਿੱਚ ਲਾਂਬਾ ਸਾਹਿਬ ਦੇ ਬੇਟੇ ਰਿਪੂ ਦਮਨ ਸਿੰਘ ਕਿਰਪਾਨ ਨੂੰ ਲੈ ਕੇ ਲੜਾਈ ਲੜ ਰਹੇ। ਯੰਗ ਜਨਰੇਸ਼ਨ, ਯੰਗ ਜਿਹੜੇ ਸਿੱਖ ਹੈਗੇ ਨੇ ਨੌਜਵਾਨ, ਉਹ ਲੜਾਈਆਂ ਲੜ ਰਹੇ ਨੇ ਜੋ ਕਿ ਸ਼ਾਇਦ ਕਿਸੇ ਹੋਰ ਨੂੰ ਲੜਨੀ ਚਾਹੀਦੀ ਹੈ, ਜੋ ਕਿ ਅਥੋਰਾਈਜ਼ਡ ਹੈਗਾ ਜਾਂ ਮੋਰ ਰਿਪ੍ਰੈਜ਼ੈਂਟੇਟਿਵ ਹੈਗਾ। ਇਹਦੇ 'ਚ ਸਰ ਇਸ ਤਰ੍ਹਾਂ ਹੈਗਾ ਕਿ ਕਾਫੀ ਹੱਦ ਤੱਕ ਸਹੀ ਵੀ ਹੈ ਪਰ ਪੂਰੀ ਤਰ੍ਹਾਂ ਸਹੀ ਨਹੀਂ ਹੈ। ਰਿਪਦਮਨ ਸਿੰਘ ਦਾ ਮੁਕੱਦਮਾ ਹੈ ਜਾਂ ਫਰਾਂਸ ਦੇ ਵਿੱਚ ਕੁਛ ਨੌਜਵਾਨਾਂ ਦਾ, ਬੱਚਿਆਂ ਦਾ, ਸਕੂਲ ਦੇ ਬੱਚਿਆਂ ਦਾ ਕੇਸ ਹੈ ਜਾਂ ਹੋਰ ਵੀ ਇਕੱਲਾ ਇਕੱਲਾ ਸਿੱਖ ਆਪਣੀ ਆਪਣੀ ਥਾਂ ਦੇ ਉੱਤੇ ਲੜ ਰਿਹਾ, ਲੜ ਰਿਹਾ, ਪਰ ਖਾਲੀ ਇਹੀ ਗੱਲ ਨਹੀਂ। ਜੇ ਥੋੜ੍ਹਾ ਜਿਹਾ ਪਿੱਛੇ ਦੇਖੀਏ ਤਾਂ ਜਥੇਦਾਰ ਅਕਾਲ ਤਖ਼ਤ ਅਜਨੋਆ ਸਾਹਿਬ, ਉਹਨਾਂ ਨੂੰ ਵੀ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ, ਤਾਂ ਉਸ ਵੇਲੇ ਉਹਨਾਂ ਨੇ ਹੋਮ ਮਿਨਿਸਟਰ ਸਨ ਗਿਆਨੀ ਜ਼ੈਲ ਸਿੰਘ, ਉਹਨਾਂ ਨੂੰ ਚਿੱਠੀ ਲਿਖੀ ਕਿ ਮੈਂ ਸਭ, ਔਰ ਚਿੱਠੀ ਜਿਹੜੀ ਇਹਨਾਂ ਦੇ SGPC ਦੇ ਰਿਕਾਰਡ ਵਿੱਚ ਹੈ ਕਿ ਤੂੰ ਇਸ ਗੱਲ ਦੀ ਮਹੱਤਤਾ ਸਮਝਦਾ ਸਿੱਖ ਹੋ ਕੇ, ਮੈਨੂੰ ਲੱਗਦਾ ਹੈ ਕਿ ਮੈਂ ਇਸ ਮੁੱਦੇ ਦੇ ਉੱਤੇ ਆਪਣੀ ਜਾਨ ਕੁਰਬਾਨ ਕਰ ਦਿਆਂ, ਤੇ ਜੇ ਅਗਰ ਐਡੇ ਵੱਡੇ ਅਹੁਦੇ ਤੇ ਹੋਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਾਂ ਉਸ ਦੇ ਬਾਅਦ ਕੋਈ ਗੱਲ ਨਹੀਂ ਕੀਤੀ ਗਈ, ਇਹਦਾ ਮਤਲਬ ਹੈਗਾ ਕਿ ਕਿਸੇ ਚੀਜ਼ ਨੂੰ ਫਾਲੋ ਅਪ ਜਦ ਤੱਕ ਨਾ ਕੀਤਾ ਜਾਏਗਾ ਸਹੀ ਮਾਇਨੇ ਦੇ ਵਿੱਚ। ਕੇਵਲ ਇਹੀ ਨਹੀਂ, ਇਨਸੈਂਸਿਟੀਵਿਟੀ ਦੀ ਗੱਲ ਅਸੀਂ ਬਾਹਰ ਦੀ ਗੱਲ ਕਰਦੇ ਹਾਂ, ਮਹਾਤਮਾ ਗਾਂਧੀ ਨੇ ਕਿਰਪਾਨ ਦੇ ਬਾਰੇ ਜਿਹੜੇ ਰਿਮਾਰਕਸ ਦਿੱਤੇ ਕਿ ਗੁਰੂ ਗੋਬਿੰਦ ਸਿੰਘ ਗੁਮਰਾਹ ਦੇਸ਼ ਭਗਤ ਹਨ ਕੇਵਲ ਕਿਰਪਾਨ ਰੱਖਣ ਕਰਕੇ, ਜੇ ਵਿਨੋਬਾ ਭਾਵੇ ਨੇ ਕਿਹਾ ਕਿ ਪੁਰਾਣਾ ਹਥਿਆਰ ਹੋ ਚੁੱਕਾ ਹੈ ਮਾਡਰਨ ਜ਼ਮਾਨੇ 'ਚ ਕੀ ਲੋੜ ਹੈ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਵੀ ਰਿਮਾਰਕਸ ਆਉਂਦੇ ਹੈ, ਅੱਜ ਤੱਕ ਅਸੀਂ ਦੁਨੀਆਂ ਨੂੰ ਆਪਣੇ ਮੁਲਕ ਦੇ ਵਿੱਚ ਹੀ ਨਹੀਂ ਦੱਸ ਸਕੇ ਕਿ ਇਹ ਜਿਹੜਾ ਹੈ, ਜਿਸ ਤਰ੍ਹਾਂ ਮਾਸਟਰ ਜੀ ਨੂੰ, ਮਾਸਤਾਰਾ ਸਿੰਘ ਨੂੰ ਇੱਕ ਵਾਰੀ ਮਹਾਤਮਾ ਗਾਂਧੀ ਨੇ ਪੀਸ ਮਿਸ਼ਨ ਦੀ ਕਾਨਫਰੰਸ 'ਚ ਕਿਹਾ ਸੀ ਕਿ ਤੁਸੀਂ ਇਹ
ਇਹ ਜਦੋਂ ਦੱਸਣ ਦੀ ਲੋੜ ਹੋਏਗੀ ਕਿ ਤੁਹਾਡੀ ਹਿਫਾਜ਼ਤ ਲਈ ਹੈ, ਇਹ ਸਾਡਾ ਧਾਰਮਿਕ ਚਿੰਨ੍ਹ ਹੈ, ਇਹ ਕੇਵਲ ਇੱਕ ਹਥਿਆਰ ਨਹੀਂ ਹੈ, ਇਹ ਸਾਡੀ ਅਜ਼ਮਤ ਦਾ ਸਵਾਲ ਹੈ, ਇਸ ਦੀ ਸਖਤ ਜ਼ਰੂਰਤ ਹੈ। ਛੋਟਾ ਜਿਹਾ ਬ੍ਰੇਕ ਲੈਣੇ, ਕਿੰਨੀ ਹੋਰ ਇਨਸੈਂਸਿਟੀਵਿਟੀ ਹੈ ਇਹ ਅਹਿਮ ਮੁੱਦਿਆਂ ਨੂੰ ਲੈ ਕੇ, ਜਿਨ੍ਹਾਂ 'ਤੇ ਧਿਆਨ ਜਾਣਾ ਚਾਹੀਦਾ ਸੀ ਕਈ ਸਾਲ ਜਾਂ ਕਈ ਦਹਾਕਿਆਂ ਪਹਿਲਾਂ, ਲੇਕਿਨ ਅੱਜ ਦੀ ਤਰੀਕ ਵਿੱਚ ਮੀਡੀਆ ਦੇ ਸ਼ੋਰ ਸ਼ਰਾਬੇ ਆ ਰੌਲੇ ਦੇ ਕਾਰਨ ਲੋਕਾਂ ਦਾ ਧਿਆਨ ਜਾ ਰਿਹਾ, ਅਤੇ ਉਸ ਤੋਂ ਬਾਵਜੂਦ ਵੀ ਉਸਦੇ ਬਾਅਦ ਵੀ ਕੁਛ ਨਹੀਂ ਹੋ ਪਾ ਰਿਹਾ। ਸਾਡੀ ਚਰਚਾ ਜਾਰੀ ਰਹੇਗੀ। सुनो हीरो, चलो मुझे किस करो, मैं राजकुमारी बन जाऊंगी। किस करना नहीं आता? पैसा राजकुमारियां तो बहुत मिलेंगी, पर बोलने वाला मेंढक दोबारा नहीं मिलेगा। रिफ्रेशिंग स्प्राइट क्लियर है। Cooling with the power of blue. Hyundai ACs with Bluefin technology. Mr. Kale, Mrs. Kale, Sunanda Kale, are you going? Take lo nal snan karo. Pa se sar tak sar sarahat hai. Kaun si rut hai jiski aahat hai jaane boondon mein kaisa kaisa nasha. Join my team. We'll beat him. Kyun? Akele dar lagta hai kya? Airtel Showdown. Dial 646 and you could join your star for a day of action games. Air Canada di navi service Delhi to sidhe pahuncho Canada ch 120 thaama te te America vich 52 thaama te bina transit te apne swad da khana peena te apni boli bolan wala crew aaram da nava andaaz 62 degree te mudh jaan waliyan seats te 32 degree di thaan har seat de samne yani pura space Air Canada jo tonu pachaye shaan na kiss kiss ਆਇਲ ਕੰਟਰੋਲ ਟੈਂਕ ਹੁਣ ਸੰਤਰਿਆਂ ਦੇ ਛਿਲਕੇ ਦੇ ਸੱਤ ਨਾਲ ਤੁਹਾਨੂੰ ਰੱਖੇ ਖੂਬਸੂਰਤ ਤੇ ਤਾਜ਼ਾ। ਇਹ ਵਿਟਾਮਿਨ ਸੀ ਵਾਲਾ ਟੈਂਕ ਆਇਲ ਨੂੰ ਸੋਖੇ ਤੇ ਤੁਹਾਨੂੰ ਰੱਖੇ ਆਇਲ ਫ੍ਰੀ 4 ਘੰਟੇ ਤੱਕ। ਇਸ ਦੇ ਸਨਸਕ੍ਰੀਨਸ ਤੁਹਾਡੀ ਤਵਚਾ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ। ਕਿਸੇ ਕਿਸ ਕਿਸਮਤ ਵਿੱਚ ਨਵਾਂ ਪੌਂਡਸ ਆਇਲ ਕੰਟਰੋਲ ਟੈਂਕ, ਖੂਬਸੂਰਤ ਆਇਲ ਫ੍ਰੀ ਤਵਚਾ। ਕਿਸ ਕਿਸ है नया मैगी टोमेटो केचप का सुपर सेवर ऑफर, बड़े पर 12 रुपए बचाओ और छोटे पर 7 रुपए बचाओ। यहू यहू एकदम सुपर ऑफर है। पंप होवे फट्टे चक अते होवे गुण भरपूर, खेता दे विच रौनक ल्यावे खुशहाली दा नूर। केएसबी दा वादा गुणवत्ता दा वादा, केएसबी सबमर्सिबल पंप्स तरक्की 100 गुणा पक्की। नहीं बेटा नहीं, ये क्या कर रही हो? साधारण पोछे से साफ किए गए फर्श पे भी कीटाणु होते हैं, इसीलिए तो हम इसको नजदीक से देखते हैं। अरे श्रीमान, छोड़िए ये विज्ञान और देखिए इसी लॉलीपॉप को नए सैमसंग DA9 विजन पर, जिसके 4 इंजन हर डिटेल को उभारे। फ्लैट टीवी से 4 कदम आगे, DA9 विजन। मम्मी पापा आने वाले हैं, उनके लिए चाय बनाएंगे। चाय तो है नहीं, 10 रुपए चाहिए। 10? तोड़ दो। ब्रुक बॉन्ड रेड लेबल चाय अब 10 रुपए में। पर रेड लेबल तो थी नहीं। प्याला तेरे प्यार का ब्रुक बॉन्ड रेड लेबल चाय। There you are. Okay, Seema. Thank you. Hey, मेरी क्लाइंट किन्ने लोकां नूं मशहूर बना चुकी है। तू कदों मशहूर बनेगी? नित ब्यूटी पार्लर जाना पवेगा कस्टमर बनके। चले ब्यूटी पार्लर। नवी फेयर एंड लवली मल्टी विटामिन फेयरनेस क्रीम, विटामिन B3 दा इंटेंसिव फेयरनेस ट्रीटमेंट, विटामिन सी फ्रूट फेशियल दा असर, विटामिन ए दा स्किन पॉलिशिंग असर, विटामिन ई दा डर्मा मसाज असर। 4 विटामिन 4 हफ्ते, पार्लर वर्गा निखार। Welcome to Face to Face. I'm Seema. Beauty parlor varge nikhai. Hey girls, where's Seema? Navi Fair and Lovely Multivitamin Fairness Cream.
ਖਾਲਸਾ ਪ੍ਰੋਗਰਾਮ ਵਿੱਚ ਗੱਲਬਾਤ ਚੱਲ ਰਹੀ ਹੈ ਸਿੱਖਾਂ ਨਾਲ ਜੁੜੇ ਕਈ ਅਹਿਮ ਮਸਲਿਆਂ ਤੇ, ਜਿਨ੍ਹਾਂ ਵਿੱਚੋਂ ਹਾਲ ਵਿੱਚ ਹੀ ਉਹਨਾਂ ਦੇ ਜਿਹੜੇ ਮਹੱਤਵਪੂਰਨ ਧਾਰਮਿਕ ਸਿੰਬਲਸ ਚਿੰਨ ਹੈਗੇ ਨੇ ਉਹਨਾਂ ਉੱਤੇ ਕਿਸ ਕਿਸਮ ਦੇ ਵਿਦੇਸ਼ਾਂ ਵਿੱਚ ਪ੍ਰੋਬਲਮਸ ਆਈਆਂ ਨੇ। ਇਹਨਾਂ ਦਾ ਇਤਿਹਾਸ ਕੁਛ ਜ਼ਿਆਦਾ ਛੋਟਾ ਨਹੀਂ ਹੈ, ਕਾਫੀ ਸਮੇਂ ਤੋਂ ਹੀ ਇਹ ਦਿੱਕਤਾਂ ਆ ਰਹੀਆਂ ਨੇ ਦੇਸ਼ਾਂ ਵਿੱਚ, ਦੇਸ਼ ਦੇ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ। ਲਾਂਬਾ ਸਾਹਿਬ ਰਾਹੀ ਸਾਹਿਬ ਅਤੇ ਐਸ ਪੀ ਸਿੰਘ ਜੀ, ਲਾਂਬਾ ਸਾਹਿਬ ਮੈਂ ਬਰੀਫਲੀ ਤੁਹਾਡੇ ਕੋਲ ਆਉਣਾ ਚਾਹਾਂਗਾ। 1982 ਵਿੱਚ ਵੀ ਕਿਰਪਾਨ ਨੂੰ ਲੈ ਕੇ ਤੁਸੀਂ ਪਟਨਾ ਹਾਈਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਸੀ, ਅੱਜ ਦੀ ਤਰੀਕ ਤੱਕ ਉਹ ਰਿਟ ਦਾ ਨਿਪਟਾਰਾ ਨਹੀਂ ਹੋ ਪਾਇਆ। ਉਸ ਤੋਂ ਬਾਅਦ ਸਿਵਲ ਏਵੀਏਸ਼ਨ ਨੇ ਉਸ ਰਿਟ ਦੇ ਬੇਸ ਤੇ ਇੱਕ ਸਰਕੂਲਰ ਇਸ਼ੂ ਕੀਤਾ ਸੀ, ਜਿਸ ਵਿੱਚ ਸਿੱਖਾਂ ਨੂੰ ਅਲਾਓ ਕੀਤਾ ਗਿਆ ਸੀ ਕਿਰਪਾਨ ਰੱਖਣ ਨੂੰ। ਹੁਣ ਇਹ ਦੱਸੋ ਵੀ ਅੱਜ ਦੀ ਤਰੀਕ ਵਿੱਚ ਜੇ ਸਿੱਖ ਜਥੇਦਾਰ ਜਾਂ ਸਿੱਖ ਕੋਈ ਵੀ ਅੰਮ੍ਰਿਤਧਾਰੀ ਸਿੱਖ ਚਾਹੁੰਦਾ ਏਅਰਪੋਰਟ ਤੇ, ਉਹਨੂੰ ਆਪਣੀ ਕੀ ਕਿਰਪਾਨ ਸਰੈਂਡਰ ਕਰਨੀ ਪਏਗੀ ਨਹੀਂ ਪਏਗੀ, ਲੋਕ ਕਰਦੇ ਨਹੀਂ ਕਰਦੇ ਨੇ, ਕੀ ਪ੍ਰਥਾ ਚੱਲਦੀ ਹੈ, ਪ੍ਰੈਕਟਿਸ ਕੀ ਹੈ? ਉਸ ਮੁਕੱਦਮੇ ਦੇ ਬਾਅਦ ਇਮੀਡੀਏਟਲੀ ਡੀ ਜੀ ਸੀ ਏ ਨੇ, ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਇੱਕ ਸਰਕੂਲਰ ਜਾਰੀ ਕਰਤਾ ਕਿ ਹਿੰਦੁਸਤਾਨ ਦੀਆਂ ਉਡਾਨਾਂ ਦੇ ਵਿੱਚ, ਹਵਾਈ ਜਹਾਜ਼ ਦੇ ਵਿੱਚ ਕਿਰਪਾਨ ਜੇ 9 ਇੰਚ ਤੱਕ ਦੀ ਕਿਰਪਾਨ ਅਲਾਊਡ ਹੋਏਗੀ। ਇਹ ਸਰਕੂਲਰ ਜਾਰੀ ਹੋ ਗਿਆ, ਪਰ ਉਸ ਦੇ ਬਾਵਜੂਦ ਵੀ ਜਗ੍ਹਾ ਜਗ੍ਹਾ ਕਈ ਵਾਰ ਦਿੱਕਤਾਂ ਆਉਂਦੀਆਂ ਰਹੀਆਂ, ਪਰ ਹਰ ਏਅਰਪੋਰਟ ਦੇ ਉੱਤੇ ਅਥਾਰਿਟੀ ਹੈ ਔਰ ਇਹ ਸਰਕੂਲਰ ਹੈ, ਔਰ ਇਸ ਸਰਕੂਲਰ ਦੀ ਉਹਨਾਂ ਨੂੰ ਵੱਧ ਤੋਂ ਵੱਧ ਉਸਦਾ ਪ੍ਰਚਾਰ ਵੀ ਕਰਨਾ ਚਾਹੀਦਾ ਤਾਂ ਕਿ ਕਿਸੇ ਆਮ ਸਿੱਖ ਨੂੰ ਇਹਦੀ ਦਿੱਕਤ ਨਾ ਆਏ। ਪਰ ਜਿਹੜੀ ਅਸਲੀਅਤ ਹੈ ਕਿ ਬਾਹਰ ਜਾਣ ਲਈ, ਬਾਹਰ ਵਿਦੇਸ਼ ਵਿੱਚ ਜਾਣ ਲਈ ਸਿੱਖ ਨੂੰ ਆਪਣੀ ਕਿਰਪਾਨ ਸਰੈਂਡਰ ਕਰਨੀ ਪਏਗੀ। ਹੁਣ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਇਹ ਬਿਲਕੁਲ ਸਹੀ ਹੈ ਕਿ ਉਹਦੇ ਚ ਲਿਖਿਆ ਹੈ ਕਿ ਕਿਰਪਾਨ ਹਰ ਸਿੱਖ ਹਰ ਵੇਲੇ ਅੰਗ ਸੰਗ ਰੱਖੇ, ਯਾਨੀ ਉਸਨੂੰ ਆਪਣੇ ਸਰੀਰ ਦਾ ਹਿੱਸਾ ਸਮਝੇ। ਔਰ ਪਿੱਛੇ ਜੇ ਹੀ ਹੁਣੇ ਜਥੇਦਾਰ ਆਨੰਦਗੜ੍ਹ ਜੋ ਜਥੇਦਾਰ ਹਨ, ਇਹਨਾਂ ਨੇ ਐਮਬੈਸੀ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਆਪਣੀ ਕਿਰਪਾਨ ਉਤਾਰਨ ਲਈ ਕਿਹਾ। ਤਾਂ ਕਦੀ ਕੋਈ ਸੋਚ ਵੀ ਨਹੀਂ ਸਕਦਾ ਜੇ ਕੋਈ ਪੋਪ ਨੂੰ ਕਵੇ ਕਿ ਤੂੰ ਆਪਣਾ ਮੈਕ ਔਰ ਆਪਣੇ ਹੈਟ ਔਰ ਜਿਹੜੀ ਉਹਨਾਂ ਦੀ ਸੈਰੀਮੋਨੀਅਲ ਡਰੈਸ ਹੈ ਉਹ ਤੂੰ ਬਾਹਰ ਲਾ ਕੇ ਚਲਾ ਜਾ, ਤੈਨੂੰ ਅਸੀਂ ਸਟੇਜ ਦੇ ਉੱਤੇ ਦੇ ਦਿਆਂਗੇ। ਪਰ ਜੇਕਰ ਇਸ ਦੇ ਲਈ ਅਗਵਾਈ ਜੋ ਹੈ, ਜਦ ਤੱਕ ਸਾਡੀ ਲੀਡਰਸ਼ਿਪ ਇਸ ਨੂੰ ਇੰਸਟੈਂਸਸ ਨਹੀਂ ਬਣਾਏਗੀ, ਜਦ ਤੱਕ ਉਹ ਇਸ ਨੂੰ ਕਾਰਨ ਨਹੀਂ ਬਣਾਏਗੀ, ਤਾਂ ਉਸਦਾ ਕੁਛ ਅਸਰ ਹੋ ਸਕਦਾ ਹੈ। ਵੱਖਰੀ ਵੱਖਰੀ ਲੜਾਈ ਤਾਂ ਸਿੱਖ ਆਪਣੇ ਆਪਣੇ ਤੇ ਲੈ ਕੇ ਔਰ ਆਪਣੇ ਆਪਣੇ ਤਨ ਦੇ ਉੱਤੇ ਹੰਡਾਈ ਜਾਏਗਾ, ਔਰ ਉਹ ਕਿਤਨੀ ਦੇਰ ਤੱਕ ਹੋਏਗਾ? ਮਤਿਆਂ ਦੀਆਂ ਕਿਤਾਬਾਂ ਬਣ ਗਈਆਂ, ਸ਼੍ਰੋਮਣੀ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ। ਆਨੰਦਪੁਰ ਸਾਹਿਬ ਦੇ ਮਤੇ ਦਾ ਮੁੱਖ ਅੰਗ ਹੈ ਕਿ ਕਿਰਪਾਨ ਹਰ ਫੌਜੀ ਦਾ ਅੰਗ ਹਿੱਸਾ ਹੋਣਾ ਚਾਹੀਦਾ ਦੀ ਵਰਦੀ ਦਾ, ਪਰ ਕੇਵਲ ਮਤਿਆਂ ਤੱਕ ਕਿਤਾਬਾਂ ਹੋ ਜਾਣ, ਉਸ ਤੋਂ ਵੱਧ ਕੀ ਹੋ ਸਕਦਾ? ਐਸ ਪੀ ਸਿੰਘ ਜੀ, ਓਵਰਆਲ ਹੁਣ ਪੂਰੀ ਜਿਹੀ ਸਥਿਤੀ ਦੇ ਵਿੱਚ ਫਰਾਂਸ ਦੇ ਵਿੱਚ ਹੁਣ ਅੱਜ ਦੀ ਤਰੀਕ ਵਿੱਚ ਸਾਰੀਆਂ ਜਥੇਬੰਦੀਆਂ, ਐਸ ਜੀ ਪੀ ਸੀ ਵੀ ਡੈਲੀਗੇਸ਼ਨ ਭੇਜਣ ਵਾਲਾ, ਉਹਨਾਂ ਦਾ ਡੈਲੀਗੇਸ਼ਨ ਕੁਛ ਦੇ ਵਿੱਚ ਫਰਾਂਸ ਜਾ ਰਿਹਾ, ਲੇਕਿਨ ਇਹ ਮੁੱਦੇ ਨੂੰ ਹੁਣ ਕਿਵੇਂ ਸੋਰਟ ਆਊਟ ਕੀਤਾ ਜਾਣਾ ਚਾਹੀਦਾ? ਹੁਣ ਵਿਦੇਸ਼ਾਂ ਵਿੱਚ ਪ੍ਰੋਬਲਮਸ ਖੜੀਆਂ ਨੇ, ਉਹਨਾਂ ਸਾਡੇ ਦੇ ਉੱਤੇ ਹੈਗਾ, ਸਰਕਾਰਾਂ ਦੇ ਉੱਤੇ ਹੈ, ਕੀ ਹੋ ਸਕਦਾ? ਮੈਨੂੰ ਇਸ ਗੱਲ ਤੇ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਜਦੋਂ ਸਿੱਖਾਂ ਦੇ ਡੈਲੀਗੇਸ਼ਨ ਜਾਣਗੇ ਸਾਡੇ ਲੀਡਰਸ ਦੇ, ਐਸ ਜੀ ਪੀ ਸੀ ਦੇ, ਤਾਂ ਆਪਣਾ ਸਮਾਂ ਅੱਛਾ ਬਤੀਤ ਕਰਨਗੇ। ਇਸ ਤੋਂ ਬਿਨਾਂ ਅਕਾਲ ਪੁਰਖ ਦੀ ਮਿਹਰ ਰਹੇ, ਕਿਤੇ ਡੈਨਮਾਰਕ ਦੀ ਕੋਈ ਕੋਰਟ ਜਾਂ ਫਰਾਂਸ ਦੀ ਕੋਈ ਅਥਾਰਿਟੀ ਐਸ ਜੀ ਪੀ ਸੀ ਤੋਂ ਇਹ ਨਾ ਪੁੱਛ ਬੈਠੇ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ, ਕਿਉਂਕਿ ਇਸ ਮੁੱਦੇ ਨੂੰ ਲੈ ਕੇ ਅਸੀਂ ਅਜੇ ਆਪਣੇ ਹੀ ਘਰ ਵਿੱਚ ਕਾਫੀ ਰੇੜਕਾ ਪਾ ਰੱਖਿਆ ਹੋਇਆ। ਰਾਹੀ ਸਾਹਿਬ ਉਸ ਰੇੜਕੇ ਦਾ ਬਕਾਇਦਾ ਅੰਗ ਰਹੇ ਨੇ, ਲਾਂਬਾ ਜੀ ਉਸ ਰੇੜਕੇ ਦਾ ਅੰਗ ਰਹੇ ਨੇ, ਔਰ ਉਸਨੂੰ ਰਿਜ਼ੋਲਵ ਕਰਨ ਦੇ ਵਿੱਚ ਇਹਨਾਂ ਦੀਆਂ ਭਰਪੂਰ ਕੋਸ਼ਿਸ਼ਾਂ ਰਹੀਆਂ ਨੇ, ਪਰ ਅੱਜ ਦੀ ਡੇਟ ਵਿੱਚ ਅਸੀਂ ਵੱਖ ਵੱਖ ਐਕਟਸ ਥੱਲੇ ਸਿੱਖ ਦੀ ਪਰਿਭਾਸ਼ਾ ਬਾਰੇ ਅਜੇ ਵੀ ਕਲੀਅਰ ਨਹੀਂ ਆ। ਸਾਡੇ ਆਪਣੇ ਘਰ ਵਿੱਚ ਜਿਸਨੂੰ ਸਿੱਖਾਂ ਦੇ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ, ਉਸ ਵਿੱਚ ਲੈਜਿਸਲੇਟਿਵ ਅਫੇਅਰਸ ਦਾ ਇਹ ਹਾਲ ਹੈ ਅਤੇ ਐਸ ਜੀ ਪੀ ਸੀ ਫਰਾਂਸ ਦੇ ਇੱਕ ਐਬਸਟ੍ਰੀਊਸ ਪੈਡੈਂਟਿਕ ਲੀਗਲ ਕਲੋਜ਼ ਇੰਟਰੋਡਿਊਸ ਕਰਵਾਉਣ ਲਈ ਉੱਥੇ ਆਪਣਾ ਡੈਲੀਗੇਸ਼ਨ ਭੇਜਣ ਲਈ ਜਿਹੜੀ ਤਤਫੁਰਤੀ ਦਿਖਾ ਰਹੀ ਹੈ, ਇਹਦੇ 'ਤੇ ਮੈਨੂੰ ਐਸ ਜੀ ਪੀ ਸੀ ਦੀ ਫੰਕਸ਼ਨਿੰਗ ਬਾਰੇ ਗੰਭੀਰ ਸ਼ੱਕ ਹੈ। ਰਾਈ ਸਾਹਿਬ, ਇਹ ਪੂਰਾ ਮੁੱਦਾ ਹੈ, ਲੇਕਿਨ ਕੁਛ ਸਰਕੂਲਰ ਸਮੇਂ ਸਮੇਂ 'ਤੇ ਯੂਨੀਅਨ ਗੌਰਮੈਂਟਸ ਵੱਲੋਂ ਵੀ ਇਹੋ ਜਿਹੇ ਆਏ ਨੇ, ਜਿਨ੍ਹਾਂ ਵਿੱਚ ਕਿ ਕਿਰਪਾਨ ਨੂੰ ਇੱਕ ਐਸੀ ਚੀਜ਼ ਦੱਸਿਆ ਗਿਆ ਹੈਗਾ ਜੋ ਕਿ ਸ਼ਾਇਦ ਉਹਨਾਂ ਡਿਜ਼ਾਇਰੇਬਲ ਨਹੀਂ ਹੈ ਸਿੱਖ ਟੈਨੈਂਟਸ ਦੇ ਖਿਲਾਫ, ਉਹਨਾਂ ਨੂੰ ਹਥਿਆਰ ਦੱਸਿਆ ਗਿਆ ਹੈ। ਈਵਨ ਕਿਸੇ ਵਕਤ ਜਿਹੜਾ ਅੱਤਵਾਦੀ ਸੀ ਜਾਂ ਮਿਲੀਟੈਂਟਸ ਹੁੰਦੇ ਸੀ ਉਸ ਵਕਤ, ਉਹਨਾਂ ਦੇ ਨਾਲ ਵੀ ਜੋੜਿਆ ਗਿਆ ਇਸ ਸਿੰਬਲ ਨੂੰ। ਅੱਜ ਤੱਕ ਉਹ ਸਰਕੂਲਰਸ ਨੂੰ ਸ਼ਾਇਦ ਵਾਪਸ ਨਹੀਂ ਲਿਆ ਗਿਆ ਹੈਗਾ। ਤੁਹਾਨੂੰ ਲੱਗਦਾ ਵੀ ਜੇ ਲੀਗਲੀ ਡੈਨਮਾਰਕ ਜਾਂ ਫਰਾਂਸ ਦੀਆਂ ਸਰਕਾਰਾਂ ਉਸ ਕਿਸਮ ਦੇ ਡਾਕੂਮੈਂਟਸ ਆਪਣੀਆਂ ਅਦਾਲਤਾਂ ਵਿੱਚ ਪੇਸ਼ ਕਰਨ ਤਾਂ ਤੁਹਾਡਾ ਜਿਹੜਾ ਕੇਸ ਹੈਗਾ ਜਾਂ ਸਿੱਖ ਕਮਿਊਨਿਟੀ ਦਾ ਕੇਸ ਵੀਕ ਪਏਗਾ? ਸਿੱਖਾਂ ਦਾ ਕੇਸ ਜਿੱਦਾਂ ਤੁਸੀਂ ਦੱਸਿਆ, ਵੀਕ ਤਾਂ ਕਮਜ਼ੋਰ ਤਾਂ ਪਏਗਾ ਹੀ। ਉਹ ਕਹਿਣਗੇ ਕਿ ਹਿੰਦੁਸਤਾਨ ਦੇ ਵਿੱਚ ਹੀ ਤੁਹਾਡੀ ਕਿਰਪਾਨ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਅਤੇ ਬਾਹਰਲੇ ਮੁਲਕਾਂ ਵਿੱਚ ਕਿਉਂ ਨਹੀਂ ਹੋਣਾ ਚਾਹੀਦਾ? ਪਰ ਨਾਲ ਹੀ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਆ, ਕਾਂਸਟੀਟਿਊਸ਼ਨ ਆਫ ਇੰਡੀਆ, ਉਹਦਾ ਆਰਟੀਕਲ 25 ਸਿੱਖਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈਗਾ ਕਿ ਉਹ ਕਿਰਪਾਨ ਵਰਡ ਵਰਤਿਆ ਗਿਆ, ਇੱਕ ਨਹੀਂ ਕਿਰਪਾਨ, ਪਰ ਇਹਦੀ ਕੋਈ ਸਟੈਂਡਿੰਗ ਫਰਾਂਸ ਦੀ ਕਿਸੇ ਕੋਰਟ ਦੇ ਵਿੱਚ ਜਾਂ ਡੈਨਮਾਰਕ ਦੇ ਕਿਸੇ ਕੋਰਟ ਦੇ ਵਿੱਚ ਕੀ ਇਸ ਇੰਡੀਅਨ ਕਨਸਟੀਟਿਊਸ਼ਨ ਦੀ ਵੈਲਿਡਿਟੀ ਹੈ? ਸਾਰੀ ਅਸੀਂ ਸਾਈਡ ਕਰਾਂਗੇ, ਮਤਲਬ ਸਾਡੀ ਇੰਟਰਨੈਸ਼ਨਲ ਲੈਵਲ ਤੇ
ਅਪਣਾਉਣ ਦਾ, ਉਹਦੇ ਢੰਗ ਨਾਲ ਜ਼ਿੰਦਗੀ ਜੀਣ ਦਾ ਪੂਰਾ ਅਖਤਿਆਰ ਆ। ਤੇ ਅਸੀਂ ਜੇ ਇਹੋ ਸ਼ੋਅ ਕਰਾਂਗੇ ਕਿ ਕਿਰਪਾਨ ਸਾਡਾ, ਜਿਸ ਤਰ੍ਹਾਂ ਲਾਂਬਾ ਸਾਹਿਬ ਨੇ ਦੱਸਿਆ ਕਿ ਸਾਡਾ ਇੱਕ ਅਸੈਂਸ਼ਲ ਸਿੱਖ ਦੀ ਜ਼ਿੰਦਗੀ ਦਾ ਪਾਰਟ ਆ, ਤੇ ਜੇ ਅਸੀਂ ਦੁਨੀਆਂ ਨੂੰ ਸ਼ੋਅ ਕਰ ਸਕੀਏ ਕਿ ਸਾਡਾ ਜਿਹੜਾ ਕਿਰਪਾਨ ਜਿਹਨੂੰ ਤੁਸੀਂ ਸੋਡ ਕਹਿੰਦੇ ਆ, ਉਹ ਕੋਈ ਸਾਡਾ ਉਸ ਕਿਸਮ ਦਾ ਵੇਪਨ ਨਹੀਂ ਹੈਗਾ ਅਟੈਕ ਕਰਨ ਲਈ, ਨਹੀਂ ਸਾਨੂੰ ਇਹ ਡਿਸਟਿੰਕਸ਼ਨ ਕਰਨਾ ਪਊਗਾ ਬਿਟਵੀਨ ਕਿਰਪਾਨ ਐਂਡ ਸੋਡ, ਜਿਹੜਾ ਕਿ ਨਹੀਂ ਕੀਤਾ ਗਿਆ। ਪਰ 1922 ਦੇ ਵਿੱਚ ਇੱਕ ਅੰਗਰੇਜ਼ੀ ਮਤਲਬ ਜੱਜ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਡਿਸਟਿੰਕਸ਼ਨ ਕਰਕੇ ਦੱਸਿਆ ਸੀ ਕਿ ਜਿਹੜੀ ਹਰ ਕਿਰਪਾਨ ਹੈਗੀ ਉਹ ਸੋਡ ਨਹੀਂ ਹੈਗੀ, ਤੇ ਇਸ ਕਰਕੇ ਉਹਨਾਂ ਦਾ ਡਿਸਟਿੰਕਸ਼ਨ ਸਾਨੂੰ ਸਮਝਾਉਣ ਲਈ ਬਾਹਰਲੀ ਦੁਨੀਆਂ ਵਿੱਚ ਉਸ ਢੰਗ ਨਾਲ ਜਾਣਾ ਪਊਗਾ ਤਾਂ ਕਿ ਦੁਨੀਆਂ ਦੇ ਸਾਰੇ ਨੂੰ ਸਮਝ ਸਕਣ। ਲੇਕਿਨ ਸਰ ਮਾਈਨੋਰਿਟੀ ਕਮਿਊਨਿਟੀਜ਼ ਨੂੰ ਆਪਣੀ ਆਈਡੈਂਟੀ ਇੰਪ੍ਰੈਸ ਕਰਨ ਲਈ, ਆਪਣੀ ਆਈਡੈਂਟੀ ਦੀ ਬ੍ਰੈਂਡਿੰਗ ਕਰਨ ਲਈ ਇਹ ਜ਼ਰੂਰੀ ਹੁੰਦਾ ਕਿ ਜਾਂ ਤੇ ਮਾਈਨੋਰਿਟੀ ਹੋਣ ਕਰਕੇ ਉਹਨਾਂ ਦੇ ਪ੍ਰੋਟੈਸਟ, ਉਹਨਾਂ ਦੇ ਕਲੇਮਸ ਅਕਸਰ ਉਹਨਾਂ ਵਿੱਚ ਇੱਕ ਸ਼੍ਰਿਲਨੈਸ ਦਾ ਕੰਪੋਨੈਂਟ ਵੀ ਹੁੰਦਾ ਕਿਉਂਕਿ ਤੁਸੀਂ ਗਿਣਤੀ ਵਿੱਚ ਛੋਟੇ ਹੁੰਦੇ ਹੋ, ਇਸ ਕਰਕੇ ਤੁਹਾਨੂੰ ਤੂਤੀ ਵੱਡੀ ਚਾਹੀਦੀ ਹੈ। ਦੂਸਰੀ ਉਹਨਾਂ ਦੀ ਜਿਹੜੀ ਤਾਕਤ ਆਉਂਦੀ ਹੈ ਉਹ ਮੈਜੋਰਿਟੀ ਦੀ ਜਾਂ ਆਮ ਲੋਕਾਂ ਦੀ ਲੋਕ ਭਾਵਨਾ ਦੀ ਉਸ ਸ਼ਕਤੀ ਤੋਂ ਉਤਪੰਨ ਹੁੰਦੀ ਹੈ। ਜੇ ਸਾਡੀਆਂ ਧਾਰਮਿਕ ਭਾਵਨਾਵਾਂ ਕੇਵਲ ਉਦੋਂ ਹੀ ਆਹਤ ਹੋਣਗੀਆਂ ਜਦੋਂ ਕਿਸੇ ਹਰਗੁਮਨ ਸਿੰਘ ਦੀ ਕਿਰਪਾਨ ਰੁਕੀ ਜਾਏਗੀ, ਪਰ ਉਦੋਂ ਆਹਤ ਨਹੀਂ ਹੋਣਗੀਆਂ ਜਦੋਂ ਹਜ਼ਾਰਾਂ ਸਕੂਲ ਬੰਦ ਹੋ ਜਾਣਗੇ, ਸੈਂਕੜੇ ਬੱਚੇ ਬੇਕਾਰ ਹੋਣਗੇ, ਨਰਸਿਸ ਨੂੰ 6-6 ਮਹੀਨੇ ਤਨਖਾਹ ਨਹੀਂ ਮਿਲੇਗੀ, ਵੈਟਰਨਰੀ ਕਾਲਜ ਦੇ ਵਿੱਚ ਅਧਿਆਪਕ ਨਹੀਂ ਮਿਲਣਗੇ, ਤੇ ਮਜ਼ਲੂਮ ਦੇ ਉੱਤੇ ਇੰਨਾ ਜ਼ੁਲਮ ਹੋ ਰਿਹਾ ਹੋਵੇਗਾ, ਉਹ ਭੁੱਖੇ ਮਰ ਰਹੇ ਹੋਣਗੇ, ਉਸ ਵੇਲੇ ਸਾਡੀਆਂ ਧਾਰਮਿਕ ਭਾਵਨਾਵਾਂ ਆਹਤ ਨਹੀਂ ਹੋਣਗੀਆਂ, ਤਾਂ ਫਿਰ ਲੋਕ ਭਾਵਨਾ ਦਾ ਜਿਹੜਾ ਵੇਗ ਸ਼ਕਤੀ ਪ੍ਰਦਾਨ ਕਰਦਾ ਉਹ ਸ਼ਕਤੀ ਤੁਹਾਨੂੰ ਨਹੀਂ ਮਿਲੇਗੀ। ਇਸੇ ਕਰਕੇ SGPC ਅੱਜ ਜਿਹਨਾਂ ਮਸਲਿਆਂ ਨਾਲ ਦੋ ਚਾਰ ਚਾਰ ਹੱਥ ਕਰਕੇ ਬੈਠੀ ਹੈ, ਉਹਨਾਂ ਮਸਲਿਆਂ 'ਚ ਉਹਦੀ ਸ਼ਕਤੀ ਕੇਵਲ ਉਨੀ ਕੁ ਹੀ ਹੈ ਜਿੰਨੀ ਕੋਈ ਉਹ ਕਿਸੇ ਜਥੇਦਾਰ ਭੌਰ ਤੋਂ ਆਉਂਦੀ ਹੈ, ਜਿੰਨੀ ਕੋਈ ਉਹ ਕਿਸੇ ਬੀਬੀ ਜਗੀਰ ਕੌਰ ਤੋਂ ਆਉਂਦੀ ਹੈ। ਔਰ ਖਾਸ ਤੌਰ 'ਤੇ ਜਦੋਂ ਪ੍ਰਧਾਨ ਇਹੋ ਜਿਹੇ ਹੋਣ ਜਿਹੜੇ ਅਦਾਲਤਾਂ ਦੇ ਵਿੱਚ 304 ਜਾਂ 302 ਦੇ ਕੇਸ ਲੜ ਰਹੇ ਹੋਣ, ਤਾਂ ਇੱਕ ਛੋਟਾ ਜਿਹਾ ਡੈਨਮਾਰਕ ਦਾ ਕੇਸ ਕਿਤੇ ਉਹਨਾਂ ਦੀ ਨਜ਼ਰੋਂ ਬਚ ਵੀ ਜਾਵੇ ਤਾਂ ਉਹਨਾਂ ਦਾ ਬਹੁਤਾ ਕਸੂਰ ਨਹੀਂ ਗਿਣਿਆ ਜਾ ਸਕਦਾ। ਮੇਰੇ ਖਿਆਲ ਨਾਲ ਲਾਂਬਾ ਜੀ ਇੱਥੇ ਬ੍ਰੀਫ ਦੇ ਵਿੱਚ ਕਮੈਂਟ, ਹੁਣ ਇਹ ਕੇਸ ਨੂੰ ਰਿਪੂ ਦਮਨ ਸਿੰਘ ਹਾਈ ਕੋਰਟ 'ਚ ਲੜਨਗੇ, ਉੱਥੇ ਡੈਨਮਾਰਕ ਦੇ ਵਿੱਚ, ਉਹਦੇ ਲਈ ਅਮਾਊਂਟ ਕਰੀਬਨ 800,000 ਦੇ ਕਰੀਬ ਇੰਡੀਅਨ ਕਰੰਸੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਹਨਾਂ 'ਤੇ 3,000 ਕਰੋੜ ਦਾ ਫਾਈਨ ਹੈ। ਇਹ ਅਮਾਊਂਟ ਕੀ ਤੁਸੀਂ ਰਿਪੂ ਦਮਨ ਸਿੰਘ ਆਪਣੀ ਜੇਬ ਚੋਂ ਭਰਨਗੇ? ਹਾਲੇ ਤੱਕ ਕੋਈ ਬੋਡੀ ਅੱਗੇ ਆਈ ਹੈ ਕਿ ਉਹਦੀ ਸਿੰਘ ਸਭਾ ਨੇ ਨਿਰਣਾ ਕੀਤਾ ਹੈ ਕਿ ਹੁਣ ਪਤਾ ਨਹੀਂ ਅਜੇ ਫਾਈਨਲ ਤੌਰ ਤੇ ਨਹੀਂ ਹੈ ਕਿੰਨਾ ਜੁਰਮਾਨਾ ਹੋ ਸਕਦਾ ਹੈ, ਬੀਇੰਗ ਅ ਕ੍ਰਿਮੀਨਲ ਕੇਸ, ਇੱਕ ਕ੍ਰਿਮੀਨਲ ਕੇਸ ਫੌਜ ਹੋਣ ਕਰਕੇ ਸ਼ਾਇਦ ਜੁਰਮਾਨਾ ਨਾ ਵੀ ਜਮ੍ਹਾਂ ਕਰਨਾ ਪਵੇ ਜਿਹੜੀ ਕੋਰਟ ਫੀਸ ਹੈ। ਪਰ ਦੂਸਰੇ ਪਾਸੇ ਇਹ ਵੀ ਹੋ ਸਕਦਾ ਜਿਹੜਾ ਦੂਜੇ ਪਾਸੇ ਦਾ ਖਰਚਾ ਹੈ ਉਹ ਵੀ ਇਹਦੇ 'ਤੇ ਪਾ ਦਿੱਤਾ ਜਾਏ। ਉਹ ਤਾਂ ਉੱਥੇ ਦੀ ਸਿੰਘ ਸਭਾ ਨੇ ਨਿਰਣਾ ਕੀਤਾ ਹੈ, ਉੱਥੇ ਜਿਹੜੇ ਸਿੰਘ ਹੈਗੇ ਹੈ ਕਿ ਉਹ ਇਸ ਕੇਸ ਨੂੰ ਪੂਰਾ ਆਪਣੇ ਹੱਥ 'ਚ ਲੈਣਗੇ, ਅਤੇ ਉਮੀਦ ਹੈ ਕਿ ਪਰ ਸ਼੍ਰੋਮਣੀ ਕਮੇਟੀ ਨੇ ਹੁਣ ਜਿਸ ਤਰ੍ਹਾਂ ਪਬਲਿਕਲੀ ਅਨਾਊਂਸ ਕੀਤਾ ਹੈ ਕਿ ਕੇਸ ਆਪਣੇ ਹੱਥ ਵਿੱਚ ਲੈ ਕੇ ਕਰਨਗੇ, ਅਤੇ ਉਹ ਜ਼ਿਆਦਾ ਜ਼ਰੂਰੀ ਹੈ। ਪਰ ਇਸ ਦੇ ਵਿੱਚ ਮੈਨੂੰ ਜੋ ਲੱਗ ਰਿਹਾ ਹੈ, ਉਹਨਾਂ ਨੂੰ ਸਪੋਰਟ ਜਿਹੜੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਪਹਿਲੇ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ, ਉਸਦੀ ਕੁਛ ਆਪਣਾ ਦੀਦਾਰ, ਗੁਫਤਾਰ ਅਤੇ ਕਿਰਦਾਰ ਤਿੰਨੋਂ ਚੀਜ਼ਾਂ ਹੁੰਦੀਆਂ ਸੀ, ਉਹਦੇ ਹੱਥ 'ਚ ਹਮੇਸ਼ਾ ਸ੍ਰੀ ਸਾਹਿਬ ਹੁੰਦੀ ਸੀ, ਇਹ ਇੱਕ ਉਹਦਾ ਦੀਦਾਰ ਦਾ ਅਸਰ ਉਸਦਾ ਹੁੰਦਾ ਹੈ। ਸੋ ਜੇ ਅਗਰ ਇਹ ਵਾਕਈ ਚਾਹੁੰਦੇ ਹੈ ਕਿਰਪਾਨ ਦੀ ਸਹੀ ਮਾਇਨੇ ਦੇ ਵਿੱਚ ਇਸ ਨੂੰ ਨਮਸਕਾਰ ਕਰਦੇ ਹੈ, ਸ੍ਰੀ ਭਗਵਤੀ ਜੀ ਸਹਾਏ ਜਿਹਦੀ ਰੋਜ਼ ਅਰਦਾਸ ਵਿੱਚ ਨਮਨ ਕਰਦੇ ਹੈ, ਤਾਂ ਘੱਟੋ ਘੱਟ ਇਹਨਾਂ ਨੂੰ ਚਾਹੀਦਾ ਹੈ ਕਿਸੇ ਪਤਤ ਨੂੰ ਸਰੋਪਾ ਨਾ ਦਿੱਤਾ ਜਾਏ, ਦੂਜਿਆਂ ਨੂੰ ਸਰੋਪੇ ਦੇਣ ਦੀ ਬਜਾਏ ਆਪਣੀ ਕਿਰਪਾਨ ਪਹਿਲਾਂ ਸੰਭਾਲ ਲੈਣ, ਤਾਂ ਇਹ ਬੜੀ ਵੱਡੀ ਗੱਲ ਹੋਏਗੀ। ਮੇਰੇ ਖਿਆਲ ਨਾਲ ਲਾਂਬਾ ਜੀ ਦੀ ਇਸ ਨੋਟ 'ਤੇ ਸਾਨੂੰ ਪ੍ਰੋਗਰਾਮ ਖਤਮ ਕਰਨਾ ਪਏਗਾ, ਲੇਕਿਨ ਦੇਖਿਆ ਵੀ ਵਿਦੇਸ਼ਾਂ ਵਿੱਚ ਭਾਵੇਂ ਇਹ ਇੰਸੀਡੈਂਟਸ ਦੇ ਕਾਰਨ ਇਹ ਪੂਰੇ ਇਸ਼ੂਜ਼ ਖੜੇ ਹੋਏ ਨੇ, ਲੇਕਿਨ ਇਹਦੀ ਜਿਹੜੀ ਜੜ ਹਜੇ ਵੀ ਇਸ ਮੁਲਕ ਦੇ ਵਿੱਚ ਹੀ ਹੈ, ਸਾਡੀ ਕਮਿਊਨਿਟੀ ਦੇ ਵਿੱਚ ਹੈ, ਜੋ ਕਿ ਹਜੇ ਵੀ ਆਪਣੇ ਪੂਰੇ ਸਟੇਟਸ, ਆਪਣੇ ਵਜੂਦ ਨੂੰ ਲੈ ਕੇ ਹਜੇ ਵੀ ਪਸ਼ੂ ਪੇਸ਼ 'ਚ ਪਈ ਹੋਈ ਹੈ। ਅਤੇ ਬਾਕੀ ਇੱਥੇ ਵੀ ਕਈ ਐਸੇ ਵਰਗ ਨੇ ਜੋ ਕਿ ਹਜੇ ਵੀ ਇੱਕ ਸੁਰ ਜਾਂ ਇੱਕ ਮਤ ਨਾਲ ਗੱਲ ਨਹੀਂ ਕਰ ਪਾ ਰਹੇ ਇਸ ਸਾਰੇ ਮੁੱਦਿਆਂ 'ਤੇ। ਪ੍ਰੋਗਰਾਮ 'ਤੇ ਡਿਸਕਸ਼ਨ ਕਿਹੋ ਜਿਹੀ ਲੱਗੀ, ਸਾਨੂੰ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ। ਸਾਡਾ ਐਡਰੈਸ ਹੈ ਖਬਰਸਾਰ, ਜ਼ੀ ਪੰਜਾਬੀ, ਪੋਸਟ ਬੈਗ ਨੰਬਰ 4599, ਹੌਸਖਾਸ, ਨਵੀਂ ਦਿੱਲੀ 110016। ਸਾਡਾ ਵੈਬਸਾਈਟ ਐਡਰੈਸ ਹੈ www.zeepunjabi.com। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਖਤਮ ਹੁੰਦਾ, ਇੱਕ ਹੋਰ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।